दंडौत बंदन अनिक बार सर्व कला समरथ डोलन ते राखो हो प्रभु नानक दे कर हाथ डोलन ते राखो हो प्रभु नानक दे कर हाथ परम सम्मान योग चवर शतर तखत दे मालिक सद सुनदा सद वेखदा शब्द रहा भरपूर श्री गुरु ग्रंथ साहिब सचे पातशाह महाराज जी दी पावन पवित्र हजूरी अंदर नाम रस कीर्तन दरबार दे चौथे रोज दी और समाप्ति वाले दिन दी आप जी संगत विच हाजरी भर रहे हो। आप जी ने हजूर दी अमृत गुरबाणी दा कीर्तन श्रवण कीता। पिछले तीन दीवान कथा विच आद गुरु जगत गुरु बाबा सब ते वड्डा सतगुरु नानक जोत रूप निरंकार दा साकार वजूद सतगुरु गुरु नानक साहिब जी महाराज हजूर दे 550 साल आगमन गुरपुरब नू समर्पित आपने विचार कीती है। कुदरती तौर ते जदों भी आप जी 2 साल बाद इस समागम विच इकट्ठे हुंदे हो ते सतगुरां दे साहिबजादे हजूर दे सन्मान योग माता जी सतगुरु दे प्यारे गुरसिख
ਉਹਨਾਂ ਦੀ ਸ਼ਹਾਦਤ ਦਾ ਪੰਦਰਵਾੜਾ ਚੱਲ ਰਿਹਾ ਹੁੰਦਾ ਹੈ ਤੇ ਮਨ ਸਭ ਦਾ ਉਹਨਾਂ ਦਿਨਾਂ ਵਿੱਚ ਬੈਰਾਗ ਵਿੱਚ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੇ ਵਿੱਚ ਸ਼ੁਕਰਾਨੇ ਵਜੋਂ ਜੁੜਿਆ ਹੁੰਦਾ ਹੈ। ਇਸ ਕਰਕੇ ਪ੍ਰਬੰਧਕਾਂ ਨੇ ਅੱਜ ਦੇ ਇਸ ਦੀਵਾਨ ਵਿੱਚ ਸਤਿਗੁਰੂ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਪਿਆਰੇ ਗੁਰਸਿੱਖਾਂ ਦੀ ਸ਼ਹਾਦਤ ਔਰ ਸਨਮਾਨਯੋਗ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਵਿਚਾਰ ਦਾ ਸਬਜੈਕਟ ਦਿੱਤਾ ਹੈ। ਆਓ ਸਮੇਂ ਵਿੱਚ ਰਹਿ ਕੇ ਆਪ ਜੀ ਦੀ ਸੇਵਾ ਕਰ ਸਕਾਂ। ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਉਪਸਥਿਤ ਹੋ, ਕਿਰਪਾ ਕਰਕੇ ਅਸੀਸ ਬਖਸ਼ੋ, ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ। ਕੋਈ ਵੀ ਰਸਨਾ ਗੁਰੂ ਫਤਿਹ ਤੋਂ ਵਿਰਵੀ ਵਾਂਝੀ ਨਾ ਰਹੇ। ਪਿਆਰ ਅਦਬ ਸਹਿਤ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਉਹਨਾਂ ਦੇ ਸੰਬੰਧ ਵਿੱਚ ਜਦੋਂ ਵੀ ਆਪਾਂ ਬੋਲਦੇ ਹਾਂ ਤੇ ਸਾਡਾ ਧਿਆਨ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਬਾਣੀ, ਆਪਣੀ ਰਚਨਾ, ਉਹਨਾਂ ਦੇ ਆਪਣੇ ਬਚਨਾਂ ਵੱਲ ਜ਼ਰੂਰ ਜਾਂਦਾ ਹੈ। ਸਾਕਾ ਮੈਂ ਜ਼ਰੂਰ ਬੇਨਤੀ ਕਰਾਂਗਾ ਟਾਈਮ ਵਿੱਚ ਰਹਿ ਕੇ, ਸਭ ਤੋਂ ਪਹਿਲਾਂ ਉਸ ਪਾਤਸ਼ਾਹ ਜੀ ਦੇ ਚਰਨਾਂ 'ਚ ਝੁਕੀਏ ਜਿਸ ਵਰਗਾ ਨਾ ਕੋਈ ਹੋਇਆ ਤੇ ਨਾ ਇਸ ਸ੍ਰਿਸ਼ਟੀ ਤੇ ਕੋਈ ਹੋ ਸਕੇਗਾ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਦੋਂ ਪੁੱਛੀਏ ਉਹਨਾਂ ਦੇ ਆਉਣ ਦਾ ਮਕਸਦ, ਕਾਸ ਵਾਸਤੇ ਉਹ ਆਏ, ਉਹ ਬੜੇ ਸਰਲ ਸ਼ਬਦਾਂ ਸਾਨੂੰ ਕਹਿ ਦਿੰਦੇ ਆ ਕਿ ਮੇਰੇ ਆਉਣ ਦਾ ਮਕਸਦ ਧਰਮ ਦਾ ਪ੍ਰਚਾਰ, ਸੰਤ ਜਨਾਂ ਦਾ ਉਭਾਰ, ਤੇ ਉਹਨਾਂ ਨੇ ਸ਼ਬਦ ਤੁਰਕ ਜਾਂ ਮੁਗਲ ਨਹੀਂ ਉੱਥੇ ਵਰਤਿਆ, ਉੱਥੇ ਸ਼ਬਦ ਵਰਤਿਆ ਦੁਸ਼ਟਾਂ ਦਾ ਸੰਹਾਰ ਕਰਨ ਦੇ ਲਈ। ਹਜ਼ੂਰ ਦੇ ਪਵਿੱਤਰ ਬਚਨ ਆਪਾਂ ਪੜ੍ਹਨੇ ਆ, ਸਤਿਗੁਰਾਂ ਨੇ ਫਰਮਾਇਆ ਕਿ ਖੰਮ ਇਹ ਕਾਜ ਜਗਤ ਮੋਹ ਆਏ, ਸਾਡੇ ਆਉਣ ਦਾ ਮਕਸਦ ਹੈ ਇਸ ਧਰਤੀ ਤੇ, ਧਰਮ ਖੇਤ ਗੁਰਦੇਵ ਪਠਾਏ, ਜਾਂ ਤਾਂ ਤੁਮ ਧਰਮ ਬਿਥਾਰੋ, ਦੁਸ਼ਟ ਦੋਖੀਅਨ ਪਕਰ ਪਛਾਰੋ। ਇੱਥੇ ਸ਼ਬਦ ਇੱਕ ਕਮਿਊਨਿਟੀ ਲਈ ਨਹੀਂ, ਇਹ ਅੱਜ ਮੈਂ ਜਿਹੜੀ ਬੇਨਤੀ ਕਰਨ ਲੱਗਾ, ਕਿਉਂਕਿ ਸਾਕੇ ਦਾ ਅਰਥ ਇਹ ਨਹੀਂ ਕਰਨਾ ਕਿ ਗੁਰੂ ਸਿਰਫ ਤੁਰਕਾਂ ਦੇ ਵਿਰੁੱਧ ਲੜਨ ਆਇਆ ਹੈ। ਸਤਿਗੁਰੂ ਨੇ ਇੱਕ ਸ਼ਬਦ ਵਰਤਿਆ ਹੈ ਦੁਸ਼ਟ, ਜੇ ਮਸੰਦ ਵੀ ਦੁਸ਼ਟ ਬਣਦਾ ਹੈ ਤੇ ਗੁਰੂ ਉਹਦੀ ਵੀ ਸਮਾਪਤੀ ਕਰ ਦਿੰਦਾ ਹੈ। ਇੱਥੋਂ ਤੱਕ ਦੁਸ਼ਟ ਲਫ਼ਜ਼ ਦੇ ਅਰਥ ਹੀ ਇਹ ਨੇ ਜਿਹਦੀ ਅੰਦਰ ਮਲੀਨ ਹੋ ਜਾਏ, ਦੁਸ਼ਟ ਹੋ ਜਾਏ, ਇਵਨ ਕਿ ਖੂਨ ਇੱਕ ਵੀ ਹੋਵੇ। ਤੇ ਯਾਦ ਰੱਖਿਓ, ਇੱਕ ਪਰਿਵਾਰ ਦੇ ਵਿੱਚ ਭਗਤ ਵੀ ਹੋ ਸਕਦਾ ਹੈ ਤੇ ਪਿਓ ਦੁਸ਼ਟ ਵੀ ਹੋ ਸਕਦਾ ਹੈ। ਅਸੀਂ ਰੋਜ਼ ਮਹਾਰਾਜ ਜੀ ਦਾ ਇੱਕ ਬਚਨ ਪੜ੍ਹਦੇ ਹਾਂ, ਖਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਅੱਗੇ ਬਾਪ ਜਿਨੇ ਜਨਮ ਦਿੱਤਾ, ਜਿਹੜਾ ਪੁੱਤਰ ਤੋਂ ਪਹਿਲਾਂ ਧਰਤੀ ਤੇ ਮੌਜੂਦ ਹੈ ਉਹਨੂੰ ਗੁਰੂ ਰਾਮਦਾਸ ਕਹਿੰਦੇ ਆ ਦੁਸ਼ਟ ਹੈ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਕਸ਼ ਦੁਸ਼ਟ ਹਰ ਮਾਰਿਆ। ਤੇ ਅਗਲਾ ਸ਼ਬਦ ਕਹਿ ਪ੍ਰਹਿਲਾਦ ਤਰਾਇਆ, ਜੇ ਭਗਤੀ ਵਾਲਾ। ਇਹ ਇੱਕ ਹੋਰ ਗੱਲ ਖੁੱਲ ਗਈ, ਪਰਿਵਾਰ ਵਿੱਚ ਖੂਨ ਦਾ ਰਿਸ਼ਤਾ ਇੱਕ ਹੋ ਸਕਦਾ ਹੈ, ਪਰ ਯਾਦ ਰੱਖਿਓ ਸੁਰਤੀ ਦਾ ਰਿਸ਼ਤਾ ਸਾਰਿਆਂ ਦਾ ਇੱਕੋ ਜਿਹਾ ਨਹੀਂ ਹੋ ਸਕਦਾ। ਜੀਵਨ ਦਾ ਰਿਸ਼ਤਾ ਕਦੀ ਇੱਕ ਨਹੀਂ ਹੋ ਸਕਦਾ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਖੰਮ ਇਹ ਕਾਜ ਜਗਤ ਮੋਹ ਆਏ, ਧਰਮ ਖੇਤ ਗੁਰਦੇਵ ਪਠਾਏ।
ਜਾਂ ਤਾਂ ਤੁਮ ਧਰਮ ਬਿਥਾਰੋ, ਸਾਨੂੰ ਹੁਕਮ ਦਿੱਤਾ ਗਿਆ ਜਿੱਥੇ ਜਿੱਥੇ ਤੁਸੀਂ ਧਰਮ ਦਾ ਬਿਥਾਰੋ ਦਰ ਤੇ ਪ੍ਰਚਾਰ ਕਰੋ, ਵਿਸਤਾਰ ਕਰੋ। ਜਾਂ ਤਾਂ ਤੁਮ ਧਰਮ ਬਿਥਾਰੋ, ਦੁਸ਼ਟ ਦੋਖੀਆਂ ਪਕੜ ਪਛਾਰੋ, ਯਾਈ ਕਾਜ ਧਰਾਮ ਜਨਮੰਗ, ਸਮਝ ਲਿਹੋ ਸਾਧੂ ਸਮ ਮਨਮੰਗ। ਕਾਹਦੇ ਲਈ? ਦੋ ਸ਼ਬਦਾਂ ਚ ਕਹਿ ਦਿੱਤਾ, ਧਰਮ ਚਲਾਵਨ ਸੰਤ ਉਭਾਰਨ, ਦੁਸ਼ਟ ਸਭਨ ਕੋ ਮੂਲ ਉਪਾਰ। ਧਰਮ ਨੂੰ ਚਲਾਉਣ ਲਈ, ਦੁਸ਼ਟਾਂ ਦੇ ਸੰਘਾਰ ਲਈ ਤੇ ਪਰਮਾਤਮਾ ਦੇ ਸੰਤ ਜਨਾਂ ਦੇ ਉਭਾਰ ਵਾਸਤੇ ਅਸੀਂ ਧਰਤੀ ਤੇ ਆਏ ਹਾਂ। ਪਿਛਲੇ ਕਈ ਸਾਲਾਂ ਤੋਂ ਦਾਸ ਆਪ ਜੀ ਦੇ ਦਰਸ਼ਨ ਕਰਦਾ ਰਿਹਾ। ਮੈਂ ਇੱਕ ਹੋਰ ਬੇਨਤੀ ਆਪ ਜੀ ਨੂੰ ਕਰਾਂ, ਥੋੜਾ ਜਿਹਾ ਗੁਰੂ ਗੋਬਿੰਦ ਸਿੰਘ ਦੀ ਆਪਾਂ ਸਿਫਤ ਪਹਿਲਾਂ ਕਰ ਲਈਏ, ਕਿਉਂਕਿ ਆਪਾਂ ਸਾਕਿਆਂ ਚ ਹਜ਼ੂਰ ਦਾ ਜ਼ਿਕਰ ਕਰਨਾ ਹੈ। ਇੱਕ ਤਾਂ ਗੱਲ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜਦੋਂ ਅਸੀਂ ਬਾਣੀ ਪੜ੍ਹਨੇ, ਨਿਤਨੇਮ ਨਾ ਕਦੀ ਛੱਡਿਓ, ਯਾਦ ਰੱਖਿਓ, ਜਿਹੜਾ ਬੰਦਾ ਦਲੀਲ ਨਾਲ ਧਰਮ ਨੂੰ ਛੱਡਦਾ ਤੇ ਦਲੀਲ ਨਾਲ ਧਰਮ ਨੂੰ ਕਮਾਉਂਦਾ ਉਹ ਬੰਦਾ ਕਦੀ ਵੀ ਡੋਲ ਸਕਦਾ ਹੈ। ਦਲੀਲ ਹਰ ਚੀਜ਼ ਨੂੰ ਕੱਟ ਵੀ ਸਕਦੀ ਹੈ, ਧਰਮ ਆਸਤਾ ਸਿਦਕ ਤੇ ਭਰੋਸੇ ਦਾ ਨਾਮ ਹੈ। ਫਿਰ ਆਪ ਕਹੋਗੇ ਜੀ ਲੌਜਿਕ ਬੜੀ ਵੱਡੀ ਗੱਲ ਰੱਖਦਾ, ਕੋਈ ਸ਼ੱਕ ਨਹੀਂ, ਪਰ ਤੁਹਾਡੇ ਸਾਹਮਣੇ ਪਹਿਲੇ ਜਾਮੇ ਦੀ ਘਟਨਾ ਹੈ। ਤਰਕ ਕਹਿੰਦਾ ਵੀ ਕਦੀ ਕਿੱਕਰ ਨੂੰ ਕੰਡੇ ਲੱਗਦੇ, ਮਠਿਆਈ ਲੱਗਦੀ ਹੀ ਨਹੀਂ, ਅਸੀਂ ਸਾਰੇ ਜਾਣਦੇ ਕਿੱਕਰ ਨੂੰ ਸੂਣਾ ਲੱਗਦੀਆਂ ਨੇ, ਮਠਿਆਈ ਨਹੀਂ ਲੱਗਦੀ। ਸਾਰਿਆਂ ਨੇ ਉੱਥੇ ਕਹਿ ਦਿੱਤਾ, ਪੁੱਤਾਂ ਵੀ ਕਹਿ ਦਿੱਤਾ, ਕਈ ਹੋਰਨਾਂ ਨੇ ਵੀ ਕਹਿ ਦਿੱਤਾ ਕਿ ਕਿੱਕਰ ਨੂੰ ਮਠਿਆਈ ਨਹੀਂ, ਕਿੱਕਰ ਨੂੰ ਸੂਲੇ ਹੀ ਲੱਗਦੀਆਂ ਨੇ। ਇੱਕ ਆਸਥਾ ਵਾਲਾ ਬਾਬਾ ਲਹਿਣਾ ਸਾਹਿਬ ਜੀ ਕਹਿ ਰਹੇ ਆ ਕਿ ਮੈਨੂੰ ਪਤਾ ਹੈ ਕਿੱਕਰ ਨੂੰ ਕੰਡੇ ਲੱਗਦੇ ਆ, ਪਰ ਜਿਹੜਾ ਮੁਰਸ਼ਦ ਮੇਰਾ ਬੋਲ ਕੇ ਕਹਿ ਰਿਹਾ ਇਹਦੇ ਬਚਨਾਂ ਵਿੱਚ ਇੰਨਾ ਸੱਤਿਆ ਹੈ, ਜ਼ਹਿਰ ਨੂੰ ਵੀ ਅੰਮ੍ਰਿਤ ਬਣਾ ਦਿੰਦਾ ਹੈ। ਉਹਨੇ ਆਪਣੇ ਮੁਰਸ਼ਦ ਦੇ ਬਚਨ ਦੇਖੇ, ਉਹਨੇ ਕਿੱਕਰ ਦਾ ਸੁਭਾਅ ਨਹੀਂ ਦੇਖਿਆ। ਮੈਂ ਫਿਰ ਬੇਨਤੀ ਕਰਾਂਗਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਜਦੋਂ ਅਸੀਂ ਜ਼ਿਕਰ ਕਰਨੇ, ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਦੋ ਕੁ ਬਚਨ ਆਪਾਂ ਲੈ ਲੈਣੇ। ਇੱਕ ਤਾਂ ਉਹ ਇਸ ਮਸਲੇ ਚ ਕਦੀ ਨਹੀਂ ਕਹਿ ਰਹੇ ਕਿ ਮਸੀਤ ਢਾ ਦਿਓ, ਇਹ ਸੁਣਿਓ ਗੱਲਾਂ ਮੇਰੀਆਂ, ਮੰਦਰ ਨੂੰ ਢਾ ਦਿਓ। ਕਿਤੇ ਗੁਰੂ ਗੋਬਿੰਦ ਸਿੰਘ ਕਹਿ ਨਹੀਂ ਰਹੇ ਕਿ ਧਰਮ ਦਾ ਦੂਸਰਾ ਬੰਦਾ ਜਿਹੜੀ ਧਰਮ ਦੀ ਗੱਲ ਕਰਦਾ ਉਹ ਨਹੀਂ ਹੋਣਾ ਚਾਹੀਦਾ, ਸਿਰਫ ਖਾਲਸਾ ਹੋਣਾ ਚਾਹੀਦਾ। ਵਾਹਿਗੁਰੂ ਇਸ ਬੇਨਤੀ ਨੂੰ ਖੁੱਲੇ ਦਿਲ ਨਾਲ ਸੁਣਿਓ। ਖਾਲਸਾ ਜੀ ਅੰਮ੍ਰਿਤ ਛਕੀਏ, ਅੱਜ ਵੀ ਅੰਮ੍ਰਿਤ ਸੰਚਾਰ ਹੈ, 28 ਪ੍ਰਾਣੀਆਂ ਅੰਮ੍ਰਿਤ ਛਕਿਆ, ਪਰ ਖਾਲਸਾ ਜਿੱਥੇ ਵੀ ਬੈਠਦਾ ਉਹ ਦੂਜੇ ਦੀ ਖੋਂਦ ਨੂੰ ਬਿਲਕੁਲ ਖਤਮ ਨਹੀਂ ਕਰਦਾ, ਸਜੋ ਦੂਜੇ ਦੀ ਖੋਂਦ ਦਾ ਰਖਵਾਲਾ ਬਣ ਜਾਂਦਾ ਹੈ। ਫਿਰ ਇਸ ਸ਼ਬਦ ਨੂੰ ਮੈਂ ਰਿਪੀਟ ਕਰਾਂਗਾ, ਆਪ ਰੋਜ਼ ਰਹਿ ਅਰਦਾਸ ਕਰਦੇ ਹੋ, ਜਦੋਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਅਰਦਾਸ ਕੀਤੀ ਜਾਂਦੀ ਹੈ, ਅਸੀਂ ਸਭ ਤੋਂ ਪਹਿਲੀ ਜਿਹੜੀ ਮੰਗ ਮੰਗਦੇ ਹਾਂ ਉਸ ਵਿੱਚ ਅਸੀਂ ਆਪਣੀ ਫੈਮਿਲੀ ਨਹੀਂ ਮੰਗਦੇ, ਪਰਿਵਾਰ ਲਈ ਨਹੀਂ ਮੰਗਦੇ, ਸਭ ਤੋਂ ਪਹਿਲਾਂ ਲੱਖਾਂ ਸਾਡੇ ਟੁਕੜੇ ਹੋ ਜਾਣ, ਟੁਕੜੇ ਦਾ ਮਤਲਬ ਅਨੇਕਾਂ ਸਾਡੀਆਂ ਜਥੇਬੰਦੀਆਂ ਹੋ ਜਾਣ। ਪਰ ਜਦੋਂ ਤੁਸੀਂ ਅਰਦਾਸ ਕਰੋਗੇ ਇਸ ਬਿਲਕੁਲ ਲਕੀਰ ਨੂੰ ਮੇਟ ਦਿਓਗੇ, ਇੱਕ ਸ਼ਬਦ ਵਰਤੋਗੇ, ਵਾਹਿਗੁਰੂ ਜੀ ਸਰਬੱਤ ਖਾਲਸਾ ਲਈ ਨਾਮ ਮੰਗਣਾ ਹੈ ਨਾ। ਸਾਡੀ ਅਰਦਾਸ ਵਿੱਚ ਪਹਿਲੀ ਮੰਗ ਇਹ ਹੈ ਕਿ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾ ਵੈ, ਪਹਿਲਾ ਸ਼ਬਦ ਹੈ ਸਾਡੀ ਅਰਦਾਸ ਦਾ ਹੈ। ਕਿਉਂਕਿ ਸਰਬੱਤ ਖਾਲਸਾ ਜੀ ਨੂੰ ਜਿੰਨਾ ਵੀ ਖਾਲਸਾ ਹੈ, ਫਿਰ ਇਹ ਨਹੀਂ ਕਿਹਾ ਵੀ ਇੰਡੀਆ ਵਾਲੇ ਖਾਲਸੇ, ਸਿੰਗਾਪੁਰ ਵਾਲੇ ਖਾਲਸੇ, ਉਹਨਾਂ ਕਿਹਾ ਜਿੱਥੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇਰੀ ਰਹਿਤ ਬਾਇਤ ਬਾਣੀ ਬਾਣੇ ਨੂੰ ਕਮਾਣ ਵਾਲਾ ਬੈਠਾ ਹੈ, ਅੰਮ੍ਰਿਤਧਾਰੀ ਖਾਲਸਾ ਬੈਠਾ ਹੈ, ਕਿਰਪਾ ਕਰੋ ਖਾਲਸੇ ਨੂੰ ਵਾਹਿਗੁਰੂ ਨਾਮ ਚੇਤੇ ਆਵੇ। ਹੁਣ ਜਿੱਥੇ ਨਾਮ ਚੇਤੇ ਆਏਗਾ ਉਹਦਾ ਫਲ ਤਾਂ ਜ਼ਰੂਰ ਮਿਲਣਾ ਹੈ। ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ, ਹੁਣ ਉਸ ਮਿਲੇ ਹੋਏ ਜਪੇ ਹੋਏ ਨਾਮ ਦਾ ਫਲ ਕਿਹਨੂੰ ਮਿਲੇ? ਕਿ ਸਿਰਫ ਖਾਲਸਾ ਪੰਥੀ ਚੜ੍ਹਦੀ ਕਲਾ ਰਹੇ, ਸਿਰਫ ਤੇ ਸਿਰਫ ਜਿਹੜਾ ਜਪ ਰਿਹਾ ਉਹਦਾ ਪਰਿਵਾਰ ਚੜ੍ਹਦੀ ਕਲਾ ਚ ਰਹੇ? ਅਸੀਂ ਅਰਦਾਸ ਚ ਕਹਿੰਦੇ ਹਾਂ ਕਿ ਖਾਲਸਾ ਜੀ ਨੂੰ ਵਾਹਿਗੁਰੂ ਚੇਤੇ ਆਵੇ ਤਿੰਨ ਵਾਰੀ, ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ, ਪਰ ਇਸ ਦੇ ਜਪਣ ਦਾ ਫਲ ਇੰਨਾ ਮਿਲੇ ਕਿ ਇਹਦੇ ਜਪਣ ਕਰਕੇ ਜਿਸ ਧਰਤੀ ਤੇ ਬੈਠਾ ਜਿਹੜੇ ਇਹਦੇ ਵਿਚਾਰ ਨਾਲ ਨਹੀਂ ਵੀ ਸਹਿਮਤ, ਸੱਚ ਇਵੇਂ ਰੱਬ ਜੀ ਇਹਦੀ ਕਮਾਈ ਪਿੱਛੇ ਉਹਨਾਂ ਦਾ ਵੀ ਭਲਾ ਕਰ ਦੇ। ਤੁਸੀਂ ਦੇਖੋ ਕਿੱਡਾ ਵੱਡਾ ਇਹ ਲਫ਼ਜ਼ ਹੈ ਜੀ ਸਾਡਾ। ਜਦੋਂ ਕੋਈ ਪੁੱਛੇ ਵੀ ਤੁਸੀਂ ਪ੍ਰੇਅਰ ਕੀ ਕਰਦੇ ਹੋ, ਕੀ ਮੰਗਦੇ ਹੋ, ਅਸੀਂ ਦੱਸੀਏ
कि असी जपने जरूर हां पर मंगदे सब दा भला हां। प्रथमे सरबत खालसा जी की अरदास है जी, सरबत खालसा जी को वाहिगुरु 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 चित आवे, चित आवन का सदका सर्व सुख होवे। देखो सर्व सुख अज इस धरती ते शब्द नू कहिए कि केड़ा जेड़ा दा सुख मंगदा है। महाराज पहली गल तां कहिंदे आ भी मैं धर्म चला बनाया, अगली गल जिहड़ी मैं तुहानू कहण लगा भावा कि जिन्ना चिन्ना नू आपां धारण नहीं करदे, ये मैं दिल्ली सीसगंज साहिब भी बेनती की अज की शहादत ते, मैं हजूर दी दसम दी बाणी चो कुछ अज बेनतियां करनियां। असी नहीं मनदे, असी तिलक नहीं लांदे जी, असी जनेऊ नहीं पढ़दे पांदे जी, असी गायत्री मंत्र नहीं पढ़दे जी, पर जे मन लो इस धरती उत्ते कोई जनेऊ कोई तिलक कोई गायत्री मंत्र कोई नमाज पढ़ रहा है कोई रोजे रख रहा है कोई जकात कर रहा है, जे ओदे धर्म की स्वतंत्रता ते कोई सट मारे सचे वे गुरु ओदे धर्म की आजादी खातर अपना सीस भी कुर्बान कर देते। गुरु गोबिंद सिंह जी दे ओ बचन के तिलक जन्यू राखा प्रभ ताका, इहदे विचों तीन बेनतियां मैं करनी, मैनूं पता आप अर समझाओगे। सरदार कपूर सिंह जी उन्होंने, मैं उस विद्वान का नाम लैण तो गुरेज नहीं करांगा, उन्होंने इस पवित्र बचन दे अर्थ करदिआं कहा सी, कहिंदे इह गल तां चेते रखो ताका शब्द ते जरूर रुकियो। ताका शब्द कह रहा है कि तिलक जन्यू का जिहड़ा राखा है उन्हां दा है, फिर शब्द वरत्यो ताका दर्थ अपना नहीं, ताका दर्थ है उन्हां दा, मतलब कि जिहड़े दूसरे पहन रहे ने। तिलक जन्यू राखा प्रभ ताका, वह कहिंदे ने पहली गल यह धर्म की स्वतंत्रता वास्ते है। तीन शब्द सुनियो, तिलक जन्यू राखा प्रभ ताका कीनो बडो कलू मैं साका। चलो हुण आपां साका सरहंद कहने, उंज वैसे साका दा लफ्ज़ी अर्थ की है, बाणी शब्द साका आया पर वो इस कंसैप्ट च नहीं आया। हर की वडियाई हो आख ना साका भी आया बचन, इत्थे वैसे साका दा अर्थ कह के हिस्टरी विच ओ बहादुरी दा कारनामा जिहड़ा समा बीतन दे नाल भी अपने अर्थां नू गुम ना होण दे। बड़े सीधे जे अर्थ ने, साका दा अर्थ जुल्म नहीं करांगे, साका घलूकारा अर्थ होर ने ते साका अर्थ होर ने, साका ते घलूकारा दोनों लफ्ज़ां च फर्क। साका दा अर्थ वह घटना जिहड़ी संसार दे इतिहास विच बहादुरी दा कारनामा होवे ते वक्त बीतन तो बाद भी उहदे अंदर कदी बयापन ना आवे। इत्थे महाराज ने पहला गया धर्म की स्वतंत्रता, मैं नहीं जनेऊ पा रहा पर ओनू हक है तू रोक नहीं सकता। तिलक जन्यू राखा प्रभ ताका कीनो बडो कलू मैं साका, साधन खेत इति जिन करी सीस दिया पर सी ना उचरी। सुनियो पहला धर्म दी स्वतंत्रता, हुण एक शब्द चाहुंदा धर्म खेत साका जिन किया, एक है धर्म दी रखिया। आप कहोगे धर्म दी स्वतंत्रता ते धर्म दी रखिया दो गल्लां हो गईयां, अर्थ एक नहीं। धर्म दी स्वतंत्रता हर बंदे नू ए आजादी है ओ आजादी विच अपने धर्म नू कमाए, ते धर्म दी रखिया एदा मतलब जे उस जालम बादशाह ते जुल्म दी चक्की चलदी रही सारे डर के कंबदे रहे, कोई भी सामने नहीं आया, लोकां कहना होर धर्म ना दी कोई चीज नहीं, अपना सिर दे के गुरु तेग बहादुर साहब ने धर्म शब्द की रखवाली कर दिती। फिर सुनियो धर्म दी स्वतंत्रता धर्म दी रखिया, मैं लफ्ज फिर दोहरान लगा कोई ज्यादा गहरा नहीं, मैं दो दिन साखियां सुनाइया ने, मैनू पता सी उस हिसाब नाल मैं बेनती करदा रहा। धर्म दी स्वतंत्रता धर्म दी राखी, महाराज शब्द कर दिया धर्म हेत साका जिन किया सीस दिया पर सिर न दिया। हुण एक गल फिर सुनियो धर्म दी स्वतंत्रता धर्म दी रखिया दो हो गए, तीसरा एक शब्द होर है उहदे विच है कि गुरु तेग बहादुर जी ने सीस दे दिता पर सिर नहीं दिता। तिलक जन्यू राखा प्रभ ताका कीनो बडो कलू मैं साका, साधन खेत इति जिन करी सीस दिया पर सी ना उचरी। धर्म हेत साका जिन किया सीस दिया पर सिर ना दिया। असी तकरीबन अर्थ ही करते रहे जी, सिर दा अर्थ सिदक सिरड़। मैं हैरान होया उस विद्वान की खोज तो,
ਉਹ ਕਹਿੰਦਾ ਅਰਬੀ ਦਾ ਲਫ਼ਜ਼ ਹੈ ਸਿਰਰ। ਉਹ ਕਹਿੰਦਾ ਸਿਰਰ ਦਾ ਅਰਥ ਹੈ ਕਿ ਜਿੱਥੇ ਆਤਮਾ ਪਰਮਾਤਮਾ ਵਿੱਚ ਅਭੇਦ ਹੈ ਤੇ ਦੁਨੀਆਦਾਰ ਬੰਦਾ ਜ਼ੋਰ ਨਾਲ ਉਸ ਅਭੇਦਤਾ ਦਾ ਰਾਜ ਉਹਦੇ ਤੋਂ ਮੰਗਣਾ ਚਾਹੁੰਦਾ ਜਿਹਨੂੰ ਆਪਾਂ ਕਰਾਮਾਤ ਕਹਿੰਦੇ ਹਾਂ। ਫਿਰ ਸ਼ਬਦ ਸਿਰਰ ਦਾ ਅਰਥ ਸਿਦਕ ਹੈ, ਕੋਈ ਸ਼ੱਕ ਨਹੀਂ, ਕਈ ਕੋਸ਼ਾਂ ਵਿੱਚ ਸਿਦਕ ਆਇਆ। ਉੱਥੇ ਸ਼ਬਦ ਹੈ ਸੀਸ ਦੀਆ ਪਰ ਸਿਰਰ ਨਾ ਦੀਆ, ਆਪਣਾ ਸਿਰ ਦੇ ਦਿੱਤਾ ਪਰ ਅਧਿਆਤਮਕਤਾ ਦੇ ਜੇ ਸ਼ਿਖਰ ਤੇ, ਰੂਹਾਨੀਅਤ ਦੇ ਜੇ ਸ਼ਿਖਰ ਤੇ ਗੁਰੂ ਤੇਗ ਬਹਾਦਰ ਬੈਠਾ ਹੈ, ਉਹਨੇ ਬਾਦਸ਼ਾਹ ਦੀ ਤਲਵਾਰ ਦੇ ਡਰ ਦੀ ਖਾਤਰ ਆਪਣੇ ਅੰਦਰ ਦਾ ਭੇਦ ਨਹੀਂ ਉਹਨੂੰ ਦਿੱਤਾ। ਸਿਰ ਦਾ ਅਰਥ ਹੈ ਆਤਮ ਮਹਾਂਪੁਰਖ ਦੀ ਆਤਮ ਗੌਰਵਤਾ। ਮੈਂ ਲਫ਼ਜ਼ ਥੋੜਾ ਸੌਖਾ ਹੋਰ ਵਰਤਦਾ, ਇਹਨੂੰ ਇਉਂ ਸ਼ਬਦ ਕਹਿ ਲਓ ਕਿ ਜਿਵੇਂ ਅਸੀਂ ਪੜ੍ਹਦੇ ਹਾਂ ਮਹਾਰਾਜ ਦਾ ਇੱਕ ਬਚਨ ਕਿ ਗੁਰ ਕਿਰਪਾ ਜੇ ਨਰਕੋ ਕਿੰਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਉਸ ਅਭੇਦਤਾ ਦਾ ਜਿਹੜੀ ਰਮਜ ਹੈ, ਰਾਜ ਹੈ, ਗੁਰੂ ਤੇਗ ਬਹਾਦਰ ਨੇ ਸਿਰ ਦੇ ਦਿੱਤਾ ਪਰ ਅੰਦਰ ਦਾ ਭੇਦ ਨਹੀਂ ਦਿੱਤਾ, ਉਹਦੇ ਲਈ ਸ਼ਬਦ ਵਰਤਿਆ ਨਾਟਕ ਚੇਟ ਕੀ ਏ ਕੁਕਾਜਾ, ਉਹ ਕੁਕਾਜਾ ਸ਼ਬਦ ਵਰਤਿਆ। ਮੈਂ ਤੁਹਾਨੂੰ ਬੇਨਤੀ ਕਰਾਂਗਾ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰਨ ਲੱਗੇ, ਮੈਨੂੰ ਪਤਾ ਸਰ ਜਦੋਂ ਗੱਲ ਹੁੰਦੀ ਅਸੀਂ ਸ਼ਸਤਰ ਤੋਂ ਸ਼ੁਰੂ ਕਰਨੇ, ਬਿਲਕੁਲ ਇਹਨੂੰ ਭੁੱਲਣਾ ਨਹੀਂ। ਗੁਰੂ ਗੋਬਿੰਦ ਸਿੰਘ ਧਰਮ ਜੁੱਧ ਕੇ ਚਾਹੇ ਲਈ, ਧਰਮ ਖੇਤ ਤੀ, ਧਰਮ ਉਭਾਰਨ ਲਈ ਮਹਾਰਾਜ ਆਇਆ। ਪਰ ਇਸ ਗੱਲ ਨੂੰ ਕਦੀ ਜ਼ੇਹਨ ਚੋਂ ਵਿਸਾਰਿਓ ਨਾ ਕਿ ਗੁਰੂ ਗੋਬਿੰਦ ਸਿੰਘ ਜੀ ਵਰਗਾ ਅੱਜ ਤੱਕ ਕੋਈ ਸਮਾਧੀ ਵਾਲਾ ਪੈਗੰਬਰ ਸਾਨੂੰ ਮਿਲਦਾ ਹੀ ਨਹੀਂ। ਲਫ਼ਜ਼ ਫਿਰ ਹੈ ਸਮਾਧੀ ਵਾਲਾ, ਮੈਂ ਸ਼ਬਦ ਵਰਤੇ, ਮੈਨੂੰ ਪਤਾ ਸਮਾਧ ਸ਼ਬਦ ਸਾਡੇ ਪੰਜਾਬ ਵਿੱਚ ਦੋ ਅਰਥ ਰੱਖਦੀ ਹੈ ਜੀ, ਸਮਾਧੀ ਤੇ ਸਮਾਧ, ਇਹ ਦੋ ਅਰਥਾਂ ਚ ਲੈਂਦੇ ਆ। ਇੱਕ ਤਾਂ ਕਿਸੇ ਦੀ ਯਾਦਗਾਰ ਨੂੰ ਵੀ ਕਹਿੰਦੇ ਆ ਜਿੱਥੇ ਸੰਸਕਾਰ ਹੋਇਆ ਫਲਾਣੇ ਦੀ ਸਮਾਧ ਹੈ, ਤੇ ਦੂਜਾ ਸ਼ਬਦ ਵਰਤਦੇ ਆ ਜੀ ਇਹ ਸਮਾਧੀ ਸਥਿਤ ਹੋ ਗਿਆ, ਇਹਦੀ ਸਮਾਧ ਲੱਗ ਗਈ। ਕਦੀ ਸੋਚਿਆ ਵੀ ਇੱਕ ਲਫ਼ਜ਼ ਦੋ ਥਾਵਾਂ ਤੇ ਕਿਉਂ ਵਰਤਦੇ ਪਏ? ਜਿਹੜਾ ਮਰ ਚੁੱਕਾ ਉਹਦੀ ਯਾਦਗਾਰ ਵੀ ਸਮਾਧ। ਤੇ ਮੈਂ ਫਿਰ ਸ਼ਬਦ ਵਰਤਾਂ, ਮਰਨ ਸ਼ਬਦ ਨੂੰ ਮਾੜਾ ਨਹੀਂ ਕਹਿਣਾ ਬਾਬਾ ਜੀ। ਗੁਰੂ ਗ੍ਰੰਥ ਸਾਹਿਬ ਚ ਸ਼ਹੀਦ ਲਫ਼ਜ਼ ਸਿਰਫ ਦੋ ਵਾਰੀ ਆਇਆ, ਸਭ ਤੋਂ ਵੱਧ ਦਸਾਂ ਵਿੱਚ, ਤੇ ਗੁਰੂ ਗ੍ਰੰਥ ਸਾਹਿਬ ਜਿਹੜਾ ਸ਼ਬਦ ਵਰਤਿਆ ਸ਼ਹੀਦ ਦੀ ਥਾਂ ਤੇ ਮਰਨਾ ਵਰਤਿਆ ਹੈ। ਮਰਨਾ ਸ਼ਬਦ ਮਾੜਾ ਨਹੀਂ ਹੈਗਾ। ਇਹ ਸਮਝੀਏ ਵੀ ਆਪਾਂ ਕਹਿਤਾ ਵੀ ਸਾਹਿਬਜ਼ਾਦੇ ਮਰ ਗਏ, ਅਗਲੇ ਬਾਹਰ ਘੇਰ ਲੈਣ, ਲਓ ਜੀ ਤੁਸੀਂ ਕਹਿ ਦਿੱਤਾ ਮਰ ਗਏ। ਗੁਰੂ ਗੋਬਿੰਦ ਸਿੰਘ ਕਹਿੰਦੇ ਆ ਜਬ ਆਪ ਕੀ ਔਦ ਨਿਧਾਨ ਬਣੈ ਅਤਿ ਹੀ ਰਣਮੈ ਤਬ ਜੂਝ ਮਰੋ ਹੈ। ਫਿਰ ਸ਼ਬਦ ਸੁਣੋ ਕਿ ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਖੇਤ, ਪੁਰਜਾ ਪੁਰਜਾ ਕੱਟ ਮਰੈ ਹੈ ਕਬੂ ਨਾ ਛਾਡੈ ਖੇਤ। ਕਬੀਰ ਮੋਏ ਮਰਨੇ ਕਾ ਚੌਕ ਹੈ, ਮਰੋ ਤਾਂ ਹਰ ਕਹਿ ਦੁਆਰ। ਅਸੀਂ ਪਾਠ ਕਰ ਰਹੇ ਹਾਂ ਕਿ ਕਬੀਰ ਮਰਤਾ ਮਰਤਾ ਜਗਮੁਆ, ਮਰ ਪੇ ਨਾ ਜਾਣਿਆ ਕੋਏ, ਐਸੀ ਮਰਨੀ ਜੋ ਮਰੈ ਬੌਰ ਨਾ ਮਰਨਾ ਹੋਏ। ਮਰਨ ਨਾ ਮੰਦਾ ਲੋਕਾ ਆਖੀਐ, ਮੈਨੂੰ ਪਤਾ ਨਾ ਵੀ ਸ਼ਬਦਾਂ ਦੀ ਸਮਝ, ਵਾਹਿਗੁਰੂ ਹੋਮੇ ਚ ਨਹੀਂ ਮੈਂ ਕੰਨ ਨੂੰ ਹੱਥ ਲਾ ਕੇ, ਪਰ ਸਮਝ ਨਹੀਂ ਸ਼ਬਦ ਦੀ। ਆਪਾਂ ਕਥਾ ਕਰਨ ਵਾਲੇ ਨੂੰ ਘੇਰ ਲਿਆ, ਆ ਵੀ ਇੱਧਰ ਤੂੰ ਸ਼ਹੀਦਾਂ ਦਾ ਅਪਮਾਨ ਕਰ ਦਿੱਤਾ। ਨਹੀਂ ਨਹੀਂ, ਮਰਨਾ ਸ਼ਬਦ ਬਹੁਤ ਉੱਚਾ ਹੈ। ਮਹਾਂਪੁਰਖਾਂ ਨੇ, ਗੁਰਮੁਖਾਂ ਨੇ ਸ਼ਬਦ ਦੀ ਬਹੁਤ ਵਰਤੋਂ ਕੀਤੀ। ਮੈਂ ਆਪ ਨੂੰ ਜਿਹੜੀ ਅਰਜ਼ ਕਰਨ ਲੱਗਾ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਤਿੰਨਾਂ ਗੱਲਾਂ ਲਈ। ਹੁਣ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਚ ਪੜ੍ਹੋ, ਤੁਸੀਂ ਹਿਸਟਰੀ ਪੜ੍ਹੋਗੇ ਤੇ ਮੈਂ ਨਾਮ ਲੈਣ ਤੋਂ, ਗੁਰੂ ਜੀ ਨੇ ਤਵਾਰੀਖ ਨੂੰ ਕਿਵੇਂ ਭੁਲਾਓਗੇ? ਸਾਨੂੰ ਪਤਾ ਮੁਗਲ ਰਾਜ ਵੇਲੇ ਚਾਹੇ ਲੋਧੀ ਆਏ ਚਾਹੇ ਮੁਗਲ ਆਏ, ਬੜੇ ਬੜੇ ਵੱਡੇ ਵੱਡੇ ਮੰਦਰ ਉਹਨਾਂ ਨੇ ਖੰਡਰਾਤ ਕਰ ਦਿੱਤੇ। ਸਮਾਂ ਆ ਜ਼ੋਰ ਵਾਲੇ ਆਏ, ਉਹਨਾਂ ਨੇ ਮਸੀਤਾਂ ਨੂੰ ਖੰਡਰਾਤ ਕਰ ਦਿੱਤਾ। ਪਰ ਗੁਰੂ ਗੋਬਿੰਦ ਸਿੰਘ ਤੋਂ ਕਿਸੇ ਦੇ ਧਰਮ ਦੀ ਨਿਸ਼ਾਨੀ ਪੁੱਛੋ, ਉਹ ਕਹਿੰਦੇ ਨੇ ਭਲੇ ਲੋਕੋ ਇਹਨੂੰ ਢਾਓ ਮਤ, ਉਸ ਏਕੋ ਅੰਕਾਰ ਦੀ ਅਨੇਕਤਾ ਵਿੱਚ ਉਹਦੀ ਝਲਕ ਦੇਖੋਗੇ ਤੇ ਫਿਰ ਦਿਓਰਾ ਮਸੀਤ ਸੋਈ ਪੂਜਾ ਉਹ ਨਿਵਾਜ ਉਹੀ ਮਾਨਸ ਹੈ ਏਕ ਪੈ ਅਨੇਕੋ ਪ੍ਰਭਾਵ ਹੈ। ਦੇਵਤਾ ਅਦੇਵ ਜਚ ਗੰਧਰਵ ਤੁਰਕ ਹਿੰਦੂ ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਵ ਹੈ। ਕਮਾਲ ਦੀ ਗੱਲ, ਮਹਾਰਾਜ ਕਹਿੰਦੇ ਤੁਰਕ ਕੌਣ, ਹਿੰਦੂ ਕੌਣ, ਸੱਚੀ ਮੁੱਚੀ ਦਿਓਰਾ ਕੀ, ਮਸੀਤ ਕੀ, ਇੱਕ ਸ਼ਬਦ ਏਡੀ ਵੱਡੀ ਵਿਸ਼ਾਲਤਾ। ਹੁਣ ਇਹ ਅਕਾਲ ਉਸਤ ਸਾਹਿਬ ਜੀ ਦਾ ਜਿਹੜਾ ਕਵਿਤ ਹੈ, ਇਹ ਕਵਿਤ ਦੱਸਦਾ ਪਿਆ ਕਿ ਗੁਰੂ ਗੋਬਿੰਦ ਸਿੰਘ ਦਾ ਅੰਦਰ ਰੱਬ ਵਰਗਾ ਵਿਸ਼ਾਲ ਹੈ। ਉਹਨਾਂ ਨੇ ਕਿਹਾ ਦਿਓਰਾ ਢਾ ਦਿਓ, ਗੁਰਦੁਆਰੇ ਬਣਾ ਦਿਓ, ਉਹਨਾਂ ਨੇ ਕਿਹਾ ਮਸੀਤਾਂ ਢਾ ਦਿਓ, ਮੰਦਰ ਬਣਾ ਦਿਓ। ਗੁਰੂ ਇੱਕ ਸ਼ਬਦ ਵਰਤ ਰਿਹਾ, ਉਹ ਲੋਕੋ ਤੁਸੀਂ ਸਰਬ ਵਿਆਪਕ ਦੀ ਜੇ ਝਲਕ ਪਾਣੀ ਹੈ, ਉਹ ਵੱਖ ਵੱਖ ਰੂਪਾਂ ਦੇ ਵਿੱਚ ਵਰਤ ਰਿਹਾ ਤੇ ਤੁਸੀਂ ਦੂਜੀ ਕਮਿਊਨਿਟੀ ਨੂੰ ਮਤ ਮਾੜਿਆਂ ਕਹੋ, ਉਹਦੀਆਂ ਵੀ ਦੋ ਅੱਖਾਂ, ਤੁਹਾਡੀਆਂ ਵੀ ਦੋ ਅੱਖਾਂ,
ਉਹਦੇ ਵੀ ਦੋ ਕੰਨ, ਤੁਹਾਡੇ ਵੀ ਦੋ ਕੰਨ। ਹਸਪਤਾਲ 'ਚ ਤਾਂ ਕਦੀ ਨਹੀਂ ਬਲੱਡ ਦੇਣ ਲੱਗਿਆ ਪੁੱਛਿਆ ਕਿ ਜਿਹੜਾ ਮੈਨੂੰ ਸਿੱਖ ਨੂੰ ਖੂਨ ਚਾੜਨ ਲੱਗੇ ਉਹ ਸਿੱਖ ਦਾ ਕਿ ਹਿੰਦੂ ਦਾ ਹੈ, ਕਦੀ ਪੁੱਛਿਆ ਜੀ? ਉੱਥੇ ਸਿਰਫ ਗਰੁੱਪ ਦੇਖਿਆ ਜਾਂਦਾ ਹੈ, ਉੱਥੇ ਧਰਮ ਸ਼ਬਦ ਨਹੀਂ ਦੇਖਿਆ ਜਾਂਦਾ। ਮੈਂ ਬੇਨਤੀ ਕੀਤੀ, ਗੁਰੂ ਗੋਬਿੰਦ ਸਿੰਘ ਦੇ ਹਿਰਦੇ ਦੀ ਵਿਸ਼ਾਲਤਾ ਨੂੰ ਦੇਖੀ। ਮਹਾਰਾਜ ਕਹਿੰਦੇ ਆ, ਦਿਓ ਰਾਮ ਮਸੀਤ ਸੋਈ ਪੂਜਾ ਉਹ ਨਵਾਜ ਹੋਈ ਮਾਨਸਭ ਹੈ ਏਕ ਪੈ ਅਨੇਕੋ ਪ੍ਰਭਾਵ ਹੈ। ਦੇਵਤਾ ਅਦੇਵ ਜਚ ਗੰਧਰਵ ਤੁਰਕੁਨ ਦੁਨਾਰੇ ਨਾਰੇ ਦੇਸਨ ਕੇ ਭੇਜ ਕੋ ਪ੍ਰਭਾਵ ਹੈ। ਏਕ ਹੈ ਨੈਨ, ਏਕ ਹੈ ਕਾਨ, ਏਕ ਹੈ ਦੇਹ, ਏਕ ਹੈ ਬਾਨ, ਖਾਂਕ ਬਾਤ ਆਦਸ ਔਰ ਆਪ ਕੋ ਰਲਾਓ ਹੈ। ਮਹਾਰਾਜ ਕਹਿੰਦੇ ਇੱਕੋ ਹੀ ਤਾਂ ਪੰਜਾਂ ਤੱਤਾਂ ਦਾ ਹੈ। ਅਗਲੀ ਗੱਲ ਹੋਰ ਸੁਣੋ, ਆਪਾਂ ਸਿੰਗਾਪੁਰ ਬੈਠੇ ਹਾਂ, ਇੰਡੋਨੇਸ਼ੀਆ, ਮਲੇਸ਼ੀਆ, ਚਾਈਨਾ, ਗੁਰੂ ਗੋਬਿੰਦ ਸਿੰਘ ਤਾਂ ਦੇਸ਼ਾਂ ਦੀਆਂ ਹੱਦਾਂ ਵੀ ਤੋੜ ਦਿੰਦਾ ਹੈ। ਉਹ ਕਹਿੰਦਾ ਲੋਕੋ ਕਿਹੜੀਆਂ ਹੱਦਾਂ ਦੀ ਸੰਕੀਰਨਤਾ ਚ ਜੀਂਦੇ ਹੋ। ਉਹਨਾਂ ਦਾ ਇੱਕ ਬਿੱਤ, ਬੰਗ ਕੇ ਬੰਗਾਲੀ, ਫਰੰਗ ਕੇ ਫਿਰੰਗਾ ਵਾਲੀ, ਦਿੱਲੀ ਕੇ ਦਿਲਵਾਲੀ, ਤੇਰੀ ਆਗਿਆ ਮੈਂ ਚਲਤ ਖੈਂ, ਰੋਹ ਕੇ ਰੋਹੇਲੇ ਮਾਗ, ਦੇਸ਼ ਕੇ ਮੰਗੇਲੇ ਵੀਰ, ਬੰਗ ਸੀ ਬੰਦੇਲੇ, ਪਾਪ ਪੁੰਜ ਕੋ ਮਲਤ ਖੈਂ, ਗੋਖਾਂ ਗੁਣ ਗਾਵੈ, ਚੀਨ ਮਚੀਨ ਕੈ ਸੀਸ ਮਿਆਵੈ, ਤਿਬਤੀ ਧਿਆਏ ਦੁੱਖ ਦੇਹ ਕੋ ਦਲਤ ਗੈ, ਜਿਨ੍ਹੇ ਤੋਹੇ ਧਿਆਇਓ ਤਿੰਨ ਪੂਰਨ ਪ੍ਰਤਾਪ ਆਇਓ, ਸਰਬ ਧਨ ਧਾਮ ਫਲ ਫੁੱਲ ਸਿਓ ਫਲਤ ਹੈ। ਮੈਂ ਬੇਨਤੀ ਕਰਾਂਗਾ ਕਿ ਆਹ ਦੋ ਤਾਂ ਕਵਿਤ ਮੈਂ ਲੈ ਲੈ, ਧਰਮ ਦੇ ਚਿੰਨ ਉੱਤੇ ਗੁਰੂ ਸੰਕੀਰਨਤਾ ਨਹੀਂ ਵਰਤੀ। ਦੂਜੀ ਗੱਲ, ਹੋਵੇ ਤੁਰਕੂ ਹੋਵੇ ਕੁਛ ਵੀ ਹੋਵੇ, ਗੁਰੂ ਗੋਬਿੰਦ ਸਿੰਘ ਦੀ ਵਿਸ਼ਾਲਤਾ ਤੁਸੀਂ ਵੇਖ ਕੇ ਦੇਖੋ। ਮੈਨੂੰ ਸ਼ਾਇਦ ਇਹੀ ਕਾਰਨ ਕਿ ਭਾਈ ਨੰਦ ਲਾਲ ਸਾਹਿਬ, ਕੱਲ ਭਾਈ ਮਰਦਾਨਾ ਜੀ ਦਾ ਜ਼ਿਕਰ ਕੀਤਾ, ਮੈਨੂੰ ਕਾਫੀ ਸੰਗਤਾਂ ਨੇ ਕਿਹਾ ਵੀ ਕੁਝ ਗੱਲਾਂ ਭਾਈ ਸਾਹਿਬ ਪਹਿਲੇ ਦਿਨ ਸੁਣੀਆਂ, ਤੇ ਮੈਂ ਆਪ ਨੂੰ ਖੌਮੇ ਚ ਨਹੀਂ ਕਹਿ ਰਿਹਾ, ਸੱਚ ਇਹ ਜੇ ਅਸੀਂ ਉਹੀ ਸੁਣਨਾ ਚਾਹੁੰਦੇ ਹਾਂ ਜਿਹੜਾ ਪਹਿਲਾਂ ਸੁਣਿਆ ਹੁੰਦਾ, ਕਿਉਂਕਿ ਸਾਡਾ ਪੱਧਰ ਉੱਥੇ ਟਿਕਿਆ ਹੁੰਦਾ ਹੈ ਨਾ। ਉਸ ਤੋਂ ਅੱਗੇ ਕੋਈ ਗੱਲ ਚੱਲ ਪਏ ਸਾਡੀ ਨੌਲੇਜ ਤੋਂ ਅੱਗੇ, ਅਸੀਂ ਸੋਚਨੇ ਜਾਂ ਤਾਂ ਹੋ ਨਹੀਂ ਸਕਦੀ ਜਾਂ ਨਵੀਂ ਹੈ। ਗੁਰਮੁਖੋ, ਭਾਈ ਸਾਹਿਬ ਭਾਈ ਨੰਦ ਲਾਲ ਜੀ ਦਾ ਅੱਜ ਮੈਂ ਜ਼ਿਕਰ ਤਾਂ ਕਰਨ ਲੱਗਾ ਕਿਉਂਕਿ ਗੁਰੂ ਗੋਬਿੰਦ ਸਿੰਘ ਦੇ ਯੁੱਧਾਂ ਦਾ ਜ਼ਿਕਰ ਕਰਨ ਲੱਗਿਆ ਪਹਿਲਾਂ ਉਹਨਾਂ ਦੀ ਸਿਫਤ ਜ਼ਰੂਰ ਕਰੋ। ਭਾਈ ਨੰਦ ਲਾਲ ਸਾਹਿਬ ਵਰਗਾ ਵਿਦਵਾਨ, ਮੇਰਾ ਖਿਆਲ, ਮੈਂ ਹਉਮੈ ਚ ਨਹੀਂ, ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ 52 ਕਵੀ, ਹੁਣ ਮੈਨੂੰ ਪਤਾ ਕਵਿਤਾ ਦਾ ਬੜਾ ਵਿਰੋਧ ਹੁੰਦਾ, ਪੁੱਛੋ ਕੁਝ ਨਾ। ਬਾਬਾ ਜੀ ਬੈਠੇ ਆ, ਮੈਂ ਇਹ ਬਟਰੀ ਨਹੀਂ ਕਰ ਰਿਹਾ, ਯਾਦ ਰੱਖਿਓ ਇਹ ਉਸ ਅੰਸ਼ ਬੰਸ ਵਿੱਚੋਂ ਨੇ ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਇਹ ਬਖਸ਼ਿਸ਼ ਦਿੱਤੀ ਸੀ, ਵਿਧੀ ਚੰਦ ਛੀਨਾ ਗੁਰੂ ਕਾ ਸੀਨਾ, ਉਸ ਖੂਨ ਵਿੱਚੋਂ ਨੇ। ਇਹ ਗੱਲ ਹੋਰ ਕਿ ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਦੋ ਕਿਰਪਾਨਾਂ ਪਾਈਆਂ, ਤਖ਼ਤ ਦੀ ਰਚਨਾ ਕੀਤੀ, ਜਿਹੜੀਆਂ ਵਾਰਾਂ ਪਹਿਲੀਆਂ ਗੁਰੂ ਹਰਗੋਬਿੰਦ ਸਾਹਿਬ ਦੀਆਂ ਗਾਈਆਂ ਬਾਬਾ ਨੱਥਾ ਤੇ ਅਬਦੁੱਲਾ, ਉਹ ਵੀ ਇਹਨਾਂ ਦੇ ਪਿੰਡ ਦੇ ਨੇ ਸੁਰ ਸਿੰਘ ਦੇ, ਜਿਹੜਾ ਅਸੀਂ ਪੜ੍ਹਦੇ ਹਾਂ ਦੋ ਤਲਵਾਰਾਂ ਬੱਧੀਆਂ, ਇਹ ਬਾਬਾ ਜੀ ਸ਼ਸਤਰ ਲੈ ਕੇ ਆਇਆ ਗੁਰੂ ਹਰਗੋਬਿੰਦ ਸਾਹਿਬ ਦੇ, ਤੇ ਜ਼ਰੂਰ ਦਰਸ਼ਨ ਕਰਿਓ। ਮੇਰਾ ਖਿਆਲ ਕਰਾਇਓ ਉਹਨੇ ਬਾਹਰ ਵੀ ਦਰਸ਼ਨ। ਇਹ ਉਹ ਸ਼ਸਤਰ ਨੇ ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਿੰਘ ਨੇ ਸਾਹਿਬ ਨੇ ਪੈਂਦੇ ਦਾ ਉਧਾਰ ਕੀਤਾ, ਮੈਂ ਉਧਾਰ ਹੀ ਸ਼ਬਦ ਵਰਤਾਂ, ਉਹ ਸ਼ਸਤਰ ਨੇ ਜਿਨ੍ਹਾਂ ਨੂੰ ਗੁਰੂ ਨੇ ਤਰੁੱਠ ਕੇ ਇਸ ਪਰਿਵਾਰ ਦੀ ਝੋਲੀ ਵਿੱਚ ਪਾਇਆ ਹੈ। ਮੈਂ ਆਪ ਨੂੰ ਬੇਨਤੀ ਜਿਹੜੀ ਕਰਨ ਲੱਗਾ, ਭਾਈ ਨੰਦ ਲਾਲ ਸਾਹਿਬ ਨੂੰ ਪੁੱਛੋ, ਜਦੋਂ ਵਿਸ਼ਾਲਤਾ ਦੀ ਗੱਲ ਕਰਦੇ ਆ ਉਹ ਕਹਿੰਦੇ ਆ ਗੁਰੂ ਗੋਬਿੰਦ ਸਿੰਘ ਜੈਸਾ ਕੋਈ ਨਹੀਂ। ਮੈਂ ਕੁਝ ਕੁ ਸ਼ੇਰ ਪੜਾਂਗਾ, ਆ ਤੁਹਾਨੂੰ ਸਭ ਨੂੰ ਚੇਤੇ ਨੇ, ਅਰਥ ਆਪਾਂ ਥੋੜੇ ਜਿਹੇ ਕਰ ਲਈਏ। ਤੇ ਮੈਂ ਤਾਂ ਕਿਹਾ ਕਿ ਭਾਈ ਨੰਦ ਲਾਲ ਸਾਹਿਬ ਤੋਂ ਬਾਅਦ ਅੱਜ ਗੁਰੂ ਗੋਬਿੰਦ ਸਿੰਘ ਜੀ ਨੂੰ 300 ਸਾਲ ਤੋਂ ਵੱਧ ਸਮਾਂ ਹੋ ਚੁੱਕਾ ਚੋਲਾ ਸੰਕੋਚਿਆਂ, ਭਾਈ ਨੰਦ ਲਾਲ ਸਾਹਿਬ ਦੇ ਬਰਾਬਰ ਦਾ ਅੱਜ ਤੱਕ ਸਿੱਖਾਂ ਵਿੱਚ ਕੋਈ ਵਿਦਵਾਨ ਫਾਰਸੀ ਦਾ ਪੈਦਾ ਨਹੀਂ ਹੋ ਸਕਿਆ, ਕੋਈ ਉਹਦੇ ਮੁਕਾਬਲੇ ਵਿਦਵਾਨ ਨਹੀਂ ਜੀ। ਜਿੰਨੀ ਜਾਪ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਨੇ ਅਕਾਲ ਦੀ ਰੱਬ ਦੀ ਉਸਤਤ ਕਰਨ ਵਿੱਚ ਕਮਾਲ ਕਰ ਦਿੱਤੀ, ਇੰਨੀ ਭਾਈ ਨੰਦ ਲਾਲ ਨੇ ਗੁਰੂ ਗੋਬਿੰਦ ਸਿੰਘ ਦੀ ਉਸਤਤ ਕਰਨ ਵਿੱਚ ਕਮਾਲ ਕਰ ਦਿੱਤੀ। ਉਹਨਾਂ ਦਾ ਇੱਕ ਸ਼ੇਰ, ਗਾਹੇ ਸੂਫੀ ਗਾਹੇ ਜ਼ਾਹਿਦ ਗਾਹੇ ਕਲੰਦਰ ਮੇਸ਼ਵਦ ਰੰਗ ਹਾਏ ਮੁਖਤਲਿਫ ਦਾਰਦ ਬੁੱਤੇ ਅਯਾਰ ਮਾਂ, ਅਰਥੇ ਦੇ ਨੇ ਗਾਹੇ ਸੂਫੀ ਗਾਹੇ ਜ਼ਾਹਿਦ ਗਾਹੇ ਕਲੰਦਰ ਮੇਸ਼ਵਦ, ਤਿੰਨ ਸ਼ਬਦ ਵਰਤੇ ਉਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਇਹ ਯਾਦ ਰੱਖਿਓ, ਓਏ ਸ਼ਬਦ ਵੀ ਅਪਮਾਨਜਨਕ, ਜਿਵੇਂ ਆਪਾਂ ਕੱਲ ਯਾਰ ਦੀ ਵਿਆਖਿਆ ਕੀਤੀ ਸੀ ਨਾ, ਹੁਣ ਕੋਈ ਆਵਾਜ਼ ਮਾਰੇ ਓਏ, ਅਸੀਂ ਕਹਾਂਗੇ ਓਏ ਸ਼ਬਦ ਕਿਉਂ ਵਰਤਿਆ? ਮਹਾਰਾਜ ਤੇ ਬਾਣੀ ਚ ਕਹਿੰਦੇ ਓਏ ਸਾਜਨ ਓਏ ਮੀਤ ਪਿਆਰੇ ਜੋ ਹਮਕੋ ਹਰ ਨਾਮ ਉਚਾਰੇ।
ਆ ਜਿਹੜਾ ਹਮ ਹੈ ਨਾ ਤੇ ਹਮ ਅਸੀਂ, ਇਹ ਵੀ ਸ਼ਬਦ ਤੂੰ ਤੋਂ ਥੱਲੇ ਜੇ, ਜਦੋਂ ਤੂੰ ਸ਼ਬਦ ਸ਼ੁਰੂ ਹੁੰਦਾ ਉਦੋਂ ਹਮ ਮਰ ਜਾਂਦਾ ਹੈ। ਤੂੰ ਤੂੰ ਕਰਤਾ ਤੂੰ ਹੁਆ, ਚਲੋ ਗਾਹੇ ਸੂਫੀ ਗੁਰੂ ਗੋਬਿੰਦ ਸਿੰਘ ਮੇਰੇ ਛਲੀਏ ਮਿੱਤਰ ਹੀ ਸ਼ਬਦ ਵਰਤਿਆ, ਤੇਰੀਆਂ ਵੱਖ ਵੱਖ ਮੂਰਤਾਂ ਮੈਂ ਦੇਖੀਆਂ, ਕਿਤੇ ਸੂਫੀ ਬਣ ਕੇ ਤੂੰ ਸ਼ਰ੍ਹਾਂ ਤੋਂ ਬਿਲਕੁਲ ਉਲਟ ਚੱਲਣਾ ਪਏ, ਕਿਤੇ ਸ਼ਰਈ ਬਣ ਕੇ ਤੂੰ ਸ਼ਰ੍ਹਾਂ ਨੂੰ ਪਾਲਣਾ ਪਏ, ਕਿਤੇ ਸੱਚੀ ਮੁੱਚੀ ਮਸਤਾਨਾ ਕਲੰਦਰ ਬਣ ਕੇ ਤੂੰ ਨਾਚ ਪਿਆ ਕਰਨਾ। ਗਾਹੇ ਸੂਫੀ ਗਾਹੇ ਜ਼ਾਹਿਦ ਗਾਹੇ ਕਲੰਦਰ ਮੇਸ਼ਵਦ, ਰੰਗ ਹਾਏ ਮੁਖਤਲਿਬ ਦਾਰਦ ਬੁੱਤੇ ਅਯਾਰ ਮਾਂ, ਮੇਰੇ ਛਲੀਏ ਸੱਜਣ ਦੀਆਂ ਵੱਖ ਵੱਖ ਤਸਵੀਰਾਂ ਨੇ। ਥੋੜਾ ਜਿਹਾ ਮੈਂ ਤਾਂ ਭਾਈ ਸਾਹਿਬ ਨੂੰ ਲਿਆ, ਜੇ ਮੈਂ ਹੋਰ ਕਿਸੇ ਦੀ ਉਦਾਹਰਨ ਦਿਆਂ ਆਪਾਂ ਕਹਾਂਗੇ ਜੀ ਕਵੀ ਆਪਣੇ ਕੋਲੋਂ ਗੱਲਾਂ ਕਰ ਦਿੰਦੇ ਆ। ਭਾਈ ਆਨੰਦ ਲਾਲ ਸਾਹਿਬ ਨੂੰ ਪੁੱਛੋ ਗੁਰੂ ਗੋਬਿੰਦ ਸਿੰਘ ਜੀ ਕੋਈ ਨੇ, ਉਹ ਕੋਲ ਰਹੇ ਆ, ਈਵਨ ਕਿ ਹਜ਼ੂਰ ਸਾਹਿਬ ਤੱਕ ਭਾਈ ਆਨੰਦ ਲਾਲ ਸਾਹਿਬ ਨਾਲ ਗਏ ਆ। ਭਾਈ ਆਨੰਦ ਲਾਲ ਸਾਹਿਬ ਨੂੰ ਪੁੱਛੋ, ਤੁਸੀਂ ਪੜ੍ਹੋ ਥੋੜੇ ਸਭ ਨੂੰ ਚੇਤੇ, ਨਾਸਰ ਉਹ ਮਨਸੂਰ ਗੁਰ ਗੋਬਿੰਦ ਸਿੰਘ, ਇੱਕ ਇਹ ਸਾਰੇ ਇਸ ਬਾਣੀ ਚ ਨਾ ਗੁਰੂ ਨਹੀਂ ਆਇਆ, ਇਹ ਗੁਰ ਸ਼ਬਦ ਹੀ ਪੜ੍ਹਨਾ ਹੈ। ਗੁਰ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਨਹੀਂ, ਨਾਸਰ ਉਹ ਮਨਸੂਰ ਗੁਰ ਗੋਬਿੰਦ ਸਿੰਘ। ਮੈਨੂੰ ਪਤਾ ਅੰਮ੍ਰਿਤ ਕੀਰਤਨ ਲਿਖਿਆ ਨਾਸਿਰੋ, ਜਦੋਂ ਤੁਸੀਂ ਫਾਰਸੀ ਚ ਪੜ੍ਹੋਗੇ ਨਾਸਿਰ ਵੱਖਰਾ ਹੋਵੇਗਾ, ਉਹ ਵੱਖਰਾ ਹੋਵੇਗਾ। ਨਾਸਿਰ ਦਾ ਅਰਥ ਮਦਦਗਾਰ, ਉਹ ਦਾ ਅਰਥ ਅਤੇ, ਮਨਸੂਰ ਦਾ ਅਰਥ ਵਜਈ। ਕਹਿੰਦੇ ਨੇ ਲੋਕੋ ਆਓ ਮੈਂ ਦੱਸਾਂ ਮੇਰਾ ਗੁਰੂ ਗੋਬਿੰਦ ਸਿੰਘ ਕੀ ਹੈ। ਨਾਸਿਰ ਇਹ ਮਦਦਗਾਰ ਹੈ ਡਿੱਗਿਆਂ ਦਾ, ਅਗਲਾ ਸ਼ਬਦ ਮਨਸੂਰ, ਇਹਨੂੰ ਕੋਈ ਨਹੀਂ ਹਰਾ ਸਕਦਾ, ਇਹਦੀ ਖਰ ਮੈਦਾਨ ਦੇ ਵਿੱਚ ਫਤਿਹ ਹੋਈ ਹੈ। ਨਾਸਿਰ ਉਹ ਮਨਸੂਰ ਗੁਰ ਗੋਬਿੰਦ ਸਿੰਘ, ਇੱਜ਼ਤ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ, ਇੱਜ਼ਤ ਵੱਖਰਾ ਵੱਖਰਾ ਪਾਠ, ਇੱਜ਼ਤ ਈ ਮਨਜ਼ੂਰ, ਇੱਜ਼ਤ ਦਾ ਅਰਥ ਹੈ ਰੱਬ, ਮਨਜ਼ੂਰ ਦਾ ਅਰਥ ਹੈ ਸਵੀਕਾਰ ਹੋਇਆ। ਗੁਰੂ ਗੋਬਿੰਦ ਸਿੰਘ ਅਕਾਲ ਪੁਰਖ ਦੇ ਦਰ ਦੇ ਉੱਤੇ ਸਵੀਕਾਰ ਹੋਇਆ, ਪਰਮਾਤਮਾ ਨੇ ਇਹਨੂੰ ਆਪ ਪ੍ਰਵਾਨ ਕੀਤਾ ਹੋਇਆ ਹੈ। ਇਹ ਪਹਿਲਾ ਸ਼ੇਰ ਨੇ ਕਿ ਨਾਸਿਰ ਉਹ ਮਨਸੂਰ ਗੁਰ ਗੋਬਿੰਦ ਸਿੰਘ, ਇੱਜ਼ਤ ਇਹ ਮਨਜ਼ੂਰ ਗੁਰ ਗੋਬਿੰਦ ਸਿੰਘ। ਅਗਲਾ ਬਚਨ ਹੱਕ ਰਾਹ ਗੰਜੂਰ ਗੁਰ ਗੋਬਿੰਦ ਸਿੰਘ, ਹੱਕ ਮੀਨਜ ਸੱਚ ਰੱਬ ਪਰਮਾਤਮਾ, ਗੰਜੂਰ ਇਹ ਕੈਸ਼ੀਅਰ, ਇੱਕ ਸ਼ਬਦ ਵਰਤ ਕਸਟੋਡੀਅਨ, ਅਸੀਂ ਖਜ਼ਾਨਚੀ ਕਹਾਂਗੇ ਜੀ। ਹੱਕ ਰਾਹ ਗੰਜੂਰ ਗੁਰ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ਦੇ ਕੋਲ ਅਕਾਲ ਪੁਰਖ ਨੇ ਆਪਣੀ ਰੂਹਾਨੀ ਖਜ਼ਾਨੇ ਦੀ ਚਾਬੀ ਦਿੱਤੀ ਏ। ਜੇ ਰੱਬ ਦੇ ਖਜ਼ਾਨੇ ਦਾ ਕੋਈ ਖਜ਼ਾਨਤੀ ਹੈ ਉਹਦਾ ਨਾਮ ਗੁਰੂ ਗੋਬਿੰਦ ਸਿੰਘ ਹੈ। ਹੱਕ ਰਾਹ ਗੰਜੂਰ ਗੁਰੂ ਗੋਬਿੰਦ ਸਿੰਘ, ਅਗਲਾ ਸ਼ਬਦ ਹੈ ਜੁਮਲਾ ਫੈਜ਼ ਨੂਰ ਗੁਰ ਗੋਬਿੰਦ ਸਿੰਘ। ਜੁਮਲਾ ਦਾ ਅਰਥ ਹੈ ਜੁੜਿਆ, ਇਹ ਬਾਣੀ ਚ ਇੱਕ ਸ਼ਬਦ ਹੁੰਦਾ ਜੁਮਲਾ, ਜੁਮਲਾ ਦਾ ਅਰਥ ਹੈ ਜੋੜ, ਇਹਦਾ ਕੀ ਅਰਥ ਹੋਇਆ? ਜੁਮਲਾ ਫੈਜ਼, ਫੈਜ਼ ਦਾ ਅਰਥ ਬਖਸ਼ਿਸ਼ ਕਰਾਂ, ਜੁਮਲਾ ਫੈਜ਼ ਦਾ ਅਰਥ ਹੋ ਗਿਆ ਕਿ ਇੱਕ ਤਾਂ ਰੱਬ ਵਿੱਚ ਅਭੇਦ ਹੈ ਗੁਰੂ ਗੋਬਿੰਦ ਸਿੰਘ, ਜੁਮਲਾ ਦਾ ਅਰਥ ਜੁੜਿਆ ਹੋਇਆ। ਫੈਜ਼ ਨੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਰੱਬ ਦੀ ਮਿਹਰ ਦੇ ਨੂਰ ਨਾਲ ਇਕਮਿਕ ਹੋਏ। ਫਿਰ ਬੇਨਤੀ, ਹੱਕ ਰਾਹ ਗੰਜੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ ਨੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਗਾਹ, ਹੱਕ ਦਾ ਅਰਥ ਫਿਰ ਸੱਚ, ਆਗਾਹ ਦਾ ਅਰਥ ਜਾਣਕਾਰ। ਲੋਕੋ ਪਰਮਾਤਮਾ ਦੇ ਘਰ ਦੀ ਜੇ ਜਾਣਕਾਰੀ ਕਿਸੇ ਲੈਣੀ ਹੈ ਤੇ ਗੁਰੂ ਗੋਬਿੰਦ ਸਿੰਘ ਨੂੰ ਪੁੱਛੋ। ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ, ਸ਼ਾਹੇ ਸ਼ਹਿਨ ਸ਼ਾਹ ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ਸ਼ਹਿਨ ਸ਼ਾਹਾਂ ਦਾ ਸ਼ਹਿਨ ਸ਼ਾਹ। ਉਹਨਾਂ ਦਾ ਇੱਕ ਸ਼ੇਰ ਹੋਰ, ਕਾਦਰੇ ਹਰਕਾਰ ਗੁਰੂ ਗੋਬਿੰਦ ਸਿੰਘ, ਹਰ ਕਾਰ ਦੇ ਕਰਤੇ ਦਾ ਨਾਮ ਗੁਰੂ ਗੋਬਿੰਦ ਸਿੰਘ ਹੈ। ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਸੱਚੀ ਮੁੱਚੀ ਬੇਸਹਾਰਿਆਂ ਦਾ ਯਾਰ ਹੈ ਗੁਰੂ ਗੋਬਿੰਦ ਸਿੰਘ। ਹੱਕ ਹੱਕ ਆਦੇਸ਼, ਫਿਰ ਬੇਨਤੀ, ਇਸ ਆਦੇਸ਼ ਨੂੰ ਸੰਸਕ੍ਰਿਤ ਦੇ ਆਦੇਸ਼ ਦੇ ਅਰਥ ਨਹੀਂ ਕਰਨੇ। ਮੇਰਾ ਚਿੱਤ ਸੀ ਮੈਂ ਥੋੜੀ ਬਾਣੀ ਚੋਂ ਗੱਲ ਕਰਕੇ ਜਾਵਾਂ, ਮੈਨੂੰ ਪਤਾ ਸਾ ਕਿ ਇੱਕ ਮਿੰਟ ਵਿੱਚ ਸੰਗਤ ਪਿਘਲ ਜਾਂਦੀ ਉਸ ਗੱਲ ਤੇ। ਆਦੇਸ਼ ਦਾ ਅਰਥ ਇੱਥੇ ਨਮਸਕਾਰ ਨਹੀਂ, ਇੱਥੇ ਆਦੇਸ਼ ਦਾ ਅਰਥ ਜਾਣੂ ਭੇਦੂ। ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ਪਰਮਾਤਮਾ ਦੇ ਅੰਦਰ ਦਾ ਜਾਣਕਾਰ ਅਭੇਦ ਹੈ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ਹੱਕ ਹੱਕ ਆਈਨਾ ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ਸੱਚ ਦਾ ਦਰਪਣ ਹੈ ਸ਼ੀਸ਼ਾ ਹੈ। ਖਾਲਸੋ ਬੇਕੀਨਾ ਗੁਰੂ ਗੋਬਿੰਦ ਸਿੰਘ, ਖਾਲਸੋ ਦਾ ਅਰਥ ਹੈ ਪਿਓਰ, ਬੇਕੀਨਾ ਦਾ ਅਰਥ ਹੈ ਜਿਹਦੇ ਅੰਦਰ ਕਿਸੇ ਦੇ ਪ੍ਰਤੀ ਕੋਈ ਜੈਲ ਸਖਾਈ ਨਹੀਂ, ਕੀਨਾ ਦਾ ਅਰਥ ਈਰਖਾ।
मैं तां बेनती कर लगा खालसो बेकीना गुरु गोबिंद सिंह। गुरु गोबिंद सिंह महाराज अपने जीवन के 42 साल तकरीबन 30 साल उंज विद्वान 29 साल लिख दिया दिन गिन के 30 साल के करीब गुरु गोबिंद सिंह महाराज आनंदपुर साहब रहिंदे आ। 3 साल गुरु गोबिंद सिंह महाराज पौंटा साहब की धरती ते रहिंदे आ। महाराज 5 साल के करीब शब्द थोड़ा बहुत अगे पिछे महीने पटना साहब की धरती ते रहिंदे आ। गुरु गोबिंद सिंह महाराज जी का कोई पक्ष लै लो, सच एवे हर विद्वान गुरु गोबिंद सिंह दे जीवन नूं पढ़ के ओदियां अखां नम होण तों बिना रह ही नहीं सकदियां। खैर जिहड़ी आपां अज दोनों साहिबजादियां दे चारां साहिबजादियां दा जिक्र मैं कर दिंदा, गुरु गोबिंद सिंह जी दी कलम भी जे चलदी है सच्ची मुची ओही धर्म युद्ध के चाहे है। दसम कथा पकौत की भाखा कई कई बनाए अबर बाशना नह प्रभ धर्म दुज कै चाहे। धर्म दुज का चा है। गुरु गोबिंद सिंह महाराज आनंदपुर साहब की धरती ते रहा 29 साल। मैं बेनती करा 17 साल एक बार ते 12 साल एक बार। महाराज जी नूं सन 1704 च घेरा पाया गया मई के महीने च ते दसंबर तक। इहनू पंजाबी च कह लिए 12 माह अनुसार जेठ तो लैके पोह तक तकरीबन 7-8 महीने का घेरा रहिंदा है। उस घेरे विच सूबा ए सरहंद, सूबा ए लाहौर, सूबा ए कश्मीर, ए जिन्ने ने 22 तार दे पहाड़ी राजे गुरु गोबिंद सिंह महाराज जी दे आनंदपुर विच जाण वाले जल ते भी रोक ला दित्ती गई। संखेप जी मैं बेनती करनी है साके संबंधी, महाराज ने जदों इन्हां कसमां चुकियां ते गुरु गोबिंद सिंह जी आनंदपुर साहिब नूं छड्डण वास्ते तैयार होए। ये कल्ली साखी नहीं, जदों आपां जफरनामा पढ़ांगे ये जिहड़े पाठ करदे आ, मैं बेनती करांगा कि थोड़ा जिहा दृढ़ता नाल कायम रहिए। गुरु गोबिंद सिंह जी दे जफरनामे की क्या बात है जी, वो उस वर्गी फतेह की चिट्ठी, वह जित की चिट्ठी। उहदे विच पहलां तां अकाल पुरख का मंगल है तकरीबन 12 शेर परमात्मा की सिफत है जी। उस तों बाद फिर गुरु साहब बकायदा लिख दिया दास्तान, जिहड़ा औरंगाबाद दसम का स्वरूप है। उहदे विच जफरनामा जिहड़ा उहदी इबारत गुरमुखी लिपि विच नहीं, उहदी इबारत भी फारसी दे विच है। बहुत सोहना जी वह रंगीन ने शाही नाल लिखिया गया है। गुरु गोबिंद सिंह महाराज हुण जफरनामे तों आपां शुरू करांगे चमकौर की गल। उस विच गुरु गोबिंद सिंह किते जिक्र नहीं करते मैं जमीन ते कब्जा करना, मैं आ कुछ खोना सी। गुरु गोबिंद सिंह दी कोई जंग भी दुनिया की खाश लई वासना लई नहीं, गुरु गोबिंद सिंह दी जितनियां भी जंगा ने वह सिर्फ इंसाफ ते धर्म वास्ते। महाराज 6 पोह की रात ते 7 पोह का दिन, आ जिहड़े दिन चलते पए ना जी, 23 नूं आपां वेख्या सी 8 पोह नूं साहिबजादे शहीद हो गए ने वड्डे, वह दिन लग चुका है। अगे 28 दसंबर नूं 13 पोह आ जाने, उस दिन गुरु गोबिंद सिंह महाराज जी दे छोटे लाल वह शहीद हुंदे आ। महाराज 6 ते 7 पोह की विचली रात नूं आनंदपुर साहिब नूं छड्डदे ने। बड़ा संखेप हजूर आनंदपुर साहिब छड्डन तों पहलां एक बारी पूरे आनंदपुर साहिब दे विच अपने मुबारक चरण पांदे आ बच्चियां समेत, ते सतगुरु अपने पिता जी दे सीस वाली जगह ते जांदे आ जिस नूं आपां गुरुद्वारा शीश गंज कहिंदे आ। इह वी आप नूं पता होणा है इक शीश गंज दिल्ली है, इक शीश गंज तरावड़ी भी है, अंबाले भी है। नाभा साहिब दा जिक्र असीं करने आ, जिथे गुरु तेग बहादुर साहब का सीस कलम किया गया एक सीस गंज ओवे, ते जिथे जिथे भाई जैता जी हजूर का सीस लैके पड़ा दर पड़ा चलते रहे, जिथे रात रुके उस थां ते भी सीस गंज कहे। महाराज गुरु तेग बहादुर के सीस का संस्कार आनंदपुर साहब की धरती ते होया। उस सीस गंज के सामने एक गुरद्वारा है, गुरद्वारा शब्द वरतांगा, उहदा नाम है अकाल बुंगा। गुरु गोबिंद सिंह महाराज जी ने पिता जी दे सीस नूं अगन चिखा च रखिया,
आप अकाल बुंगे उत्ते उस थड़े ते खड़े होया। सतगुरु गुरु तेग बहादुर साहिब महाराज उन्हां दे सीस गंज वाली थां जिथे सतगुरु का संस्कार होया, जिन्ना समा गुरु गोबिंद सिंह आनंदपुर साहिब रहे, गुरमुखो एक दिन का भी नागा नहीं कि महाराज ने जिस दिन नागा पाया हो। हर रोज पिता जी दे सीस गंज वाली थां ते नमस्कार करदे हुंदे सन। चलो ये एक वखरा विषय, कदी समा मिलिया आपां खुल के गल करांगे उस इस चीज की कि जिथे सीस का संस्कार किया उत्थे सिजदे किए जाते हैं। महाराज जिस दिन आनंदपुर साहिब छड़िया उस शाम नूं भी शीशगंज गया अपने पुत्रां दे समेत महलां दे समेत। सतगुरु ने उत्थे भाई गुरबख्श नूं कह दिता उदासी जी नूं कि अज तो बाद इत्थे सेवा संभाल तुसी करनी है। गुरु गोबिंद सिंह छे पो दी रात सत पो जिदन दिन चढ़ना उस रात नूं आनंदपुरी नूं छड़िया है। सतगुरु कीरतपुर लंघ के सरसा दे किनारे आए ने। मैं सुरत करके सिर्फ दोनों थावां ते एक वारी आप जी नूं लिजाणा चाहना थोड़े लफ्जां विच। सरसा दे किनारे ते अमृत वेले दा दीवान सजिया है। गुरु गोबिंद सिंह जी ने आप आसा की वार दा कीर्तन कीता है। साडे इतिहास नूं बयान कीता है मुसलमान मीरा ने भी, ते अल्लाह यार खां जोगी जिस दी रचना नूं तकरीबन कोई बंदा भी साका कहे ओनूं अपनियां अखां तो दूर नहीं कर सकदा। वो कहिंदा है कि था सर पे वक्त आ गया आसा की वार का, साजों के जीरो बम का उतार चढ़ाव उतार का, मनशा था कलगी धर के दिले बेकरार का, मौका मिले तो भजन कर ले किरदगार का, जब जी का जाप उस घड़ी करना जरूर था, पढ़ के गुरु ग्रंथ को भरना जरूर था। महाराज जी ने अमृत वेले दा दीवान सजाया। मैं ये तां लफ्ज कह रहा खालसा जी, जे बाणी छड़ दिती, नाम छड़ दिता, सिमरन छड़ दिता, बंदगी ते कटाक्ष करन लग पे, सिर्फ एक दुनियादार वासना वाले शस्त्र धारी बन के रह जोगे। जे शब्द दा खंडा अंदर खड़कदा होवे ते बाहर गात्रे गुरु दा खंडा होवे, उत्थों पता लगदा हुण गुरु गोबिंद सिंह दा संत सिपाही तुरिया हुंदा है। सिपाही बड़े मिलणगे पर संत सिपाही गुरु गोबिंद सिंह ने पैदा किते। महाराज जी ने सरसा नूं पार किया, पिछों दुश्मन आ गया, उत्तों बदल वरस रहा है, अगों सरसा लवा लवा भर के चलती पई है। महाराज ने परिवार समेत जदों पार किया, गुरु गोबिंद सिंह दा परिवार, मेरी सच्ची सरकार दा परिवार तीन हिस्सों च वंडिया, ते गुरमुखो 20 साल लगे सन विद्या सागर ग्रंथ नूं तैयार करदे। 20 साल दी कमाई उह ग्रंथ जल प्रवाहित हो गया। महाराज गुरु गोबिंद सिंह एक पासे आप ने वड्डे साहिबजादे पंज प्यारे, एक मैं शब्द होर अज कहन लगा पंज मुक्ते, एक ता 40 मुक्ते अना मुक्तसर वाले पंज मुक्ते, जिन्हां नहीं सुनिया उन्हां नूं याद रखना चाहीदा है। पंजां प्यारियां तो बाद जिन्हां पंजां ने अमृत छकिया सी उन्हां नूं पंज मुक्ते दी पदवी दित्ती गई सी। उह चमकौर दी जंग शहीद हो गया। पंज प्यारे, पंज मुक्ते ते दो वड्डे साहिबजादे होर सिंह, यह गुरु गोबिंद सिंह जी रोपड़ वाले पासे नूं चल पाया। सन्मान योग माता सुंदरी जी, माता साहिब कौर जी, यह भाई मनी सिंह नाल दिल्ली वाले पासे नूं चल पाया। तीसरा हिस्सा परिवार दा है, 7 साल ते 9 साल की उम्र ते 80 साल की बजुर्ग माता मात गुजरी जी। मैं 80 साल शब्द वरते है क्योंकि गुरु तेग बहादुर साहब जी का आगमन 1621 का, गुरु तेग बहादुर शहीद होंदे ने 1675 नूं, 54 साल की उम्र च गुरु तेग बहादुर। यह उमरा लफ्ज मेरी बेनती, जे मैं दुनियावी तौर पर वरत रहा उंज ना गुरु कदी जमदा ते ना गुरु कदी मरदा हुंदा। हरबंश जगत जा संचरो सो कवन कै श्री गुरु मोयो, सतगुरु मेरा सदा सदा ना आवे ना जाए। 54 साल की उम्र च महाराज गुरु तेग बहादुर शहीद होए। 45 साल की उम्र सी गुरु तेग बहादुर जी की जिदन उन्होंने घर बेटे गुरु गोबिंद राय का जन्म होया। 29 साल माता गुजरी ने अपने पति तो बिना इस संसार विच बतीत किए। फिर समझो 1675 ते 1704 29 साल बनते हैं। 29 साल 80 साल के करीब बजुर्ग माता है सन्मान योग माता गुजरी जी।
एक परिवार इस हिस्से च थोड़ा जाओ पहला आपां चमकौर दी गड़ी वल चलीए। महाराज सुनी जायो सत पोह नूं सारा दिन लड़दे रहे आ, ये नहीं कि महाराज ने जंग किया आराम किया सामने रोपड़ वाले रंगत टक्कर गए। महाराज सारा दिन जंग कर दे गए, रात पई धन गुरु गोबिंद सिंह महाराज सच एवे सच्चे पातशाह चमकौर की धरती ते पहुंचते ने, उस गढ़ी च प्रवेश करते हैं। थोड़ा जा सुनियो सत पोह की ककरीली रात, कोई खाने का प्रबंध नहीं। मैं ता कहा ना जदों माछी वाड़े जाओगे तो पत्थर भी रोन लग पैंदा है। छे पोह की रात दे निकले, सत पोह नूं सारा दिन लड़दे रहे, अठ सत पोह की रात गई रात गढ़ी च गए, अठ पोह नूं सारा दिन लड़दे रहे, अठ पोह की सारी रात गुरु गोबिंद सिंह तुरदे रहे, नौ दस ते ग्यारह पोह तीन रातां गुरु गोबिंद सिंह माछी वाड़े रहे। गुरमुखो छे पोह तो लैके दस पोह सवेर तक, मैं बेनती करा नौ पोह तक गुरु गोबिंद सिंह ने कोई जल पानी नहीं दे सकिया। जे इतिहास नूं पढ़ो जफरनामे नूं पढ़ो, महाराज चमकौर की गढ़ी च प्रवेश किते। हुण इधर सारे दुश्मन भी चढ़ के आ रहे हैं, तवज्जो दे के सुनियो। महाराज गढ़ी नूं देखदे आ, गुरु साहब ने जिहड़े शब्द जफरनामे च वरते, गुरसना चे कारे कुनद चेहल नर, चेहल फारसी च चाली, गुरसना चे कारे कुनद चेहल नर के दा लख बरायद बरो बेखबर, चाली सिंह ते महाराज ने शब्द वरते जिन्हां नूं रोटी नहीं मिली। आपां कहदे ने गढ़ी रोटी मिली, महाराज ने शब्द वरते भुखे पाने, कोई पानी नहीं कोई रोटी नहीं। ते ए नहीं अज दे भुखे ने कई महीनिया के भुख नूं सहादार दे होए, अठ सत महीने सत महीने हो चुके लड़दे आ, रात नूं प्रवेश करदे आ, अठ पोह दा दिन चढ़ रहा जी। मैं पोह शब्द तां वरतना यह दिन चेते रखिया करो। मैनूं पता है पिछे जे मैसेज बड़ा चलिया जी 27 दिसंबर नूं भाई साहब कहिंदे आ सारी कौम सिमरन, ऐतकी 28 दिसंबर जे ते जे मारा मां चेते रखांगे झगड़ा मुक जूगा 27 के 28। देसी महीना चेते रखो 13 पोह ते 8 पोह, 8 पोह दा दिन चढ़िया। इधरों सारे आनंदपुर जिन्ना घेरा पाया वह भी पहुंच गए ते शाही फौज भी आ गई। महाराज जदों जफरनामे दास्तान शुरू करदे आ, ओह कसम झूठी चुकण ते मुकरन तो शुरू करदे आ महाराज गुरु गोबिंद सिंह। मैं दो तुहानूं बेनतियां कर देंगा कि जदों गुरु गोबिंद सिंह चिट्ठी लिख रहा, क्योंकि चमकौर का ज्यादा जिक्र इहदे विच है, महाराज शब्द वरदिया के पैमाशकन बेदरंग आमदंद, के पैमाशकन बेदरंग आमदंद, मया तेगो तीरो तुफंग आमदंद, कसम चुक के मुकरन वाले तेरे सिपाही आए। ये बाणी है, वह तेगा नाल तलवारा नाल आए। ते महाराज कहिंदे आ गिनती च असी थोड़े हाँ पर अंदर दे निश्चय करके असी अडोल हां, बा लाचार की दरमिया आमदंद, बा तदबीर तीरों कमा आमदंद, फिर मैं लाचार होके मैदान भी उतरिया, हाथ खड़े करके नहीं हाथ जोड़ के नहीं, मैं पूरा शस्त्र बस्त्र सनदबद्ध हो के अपने सिंघां नूं मैदान दे विच उतारिया। फिर सुनियो बादशाह नूं चिट्ठी लिखी जा रही है, नहीं कि मैं अगो कुछ नहीं किया जी, महाराज कहिंदा बिल्कुल किया कि बाल लाचार की दरमिया आमदंद, बा तदबीर तीरो कमा आमदंद। एदे विच ही महाराज कहिंदे आ चूकार अज हमा हील ते दर गुजस्त हा लाल अस्त बुरदे ने बाज शमशीर दस्त। एदा मतलब जदों सारे खिलियां तो पानी मुक जाए उदों तलवार दे मुठे ते हथ पाना जायज है। मैं बेनती करा सारे चढ़ के आए, जदों दिन चढ़िया महाराज कहिंदे आ कि सब तो पहला नार खामदा है। महाराज नार खां दे ख्वाजा महमूद दा जिन्हों असी अपना वैसे दा नाम सी ख्वाजा जफर बे खान, ख्वाजा खिजर जफर बे खान दा पूरा नाम, इहनू महाराज ने लफज होर ही वरतिया दिल नार खां है। ये शेर मुहम्मद खां दा भरा सी। ते महाराज कहिंदे आ कि चुदीदम के नार बयामत बजंग, महाराज कहिंदे मैं सब तो पहला वेख्या नार खां आ रहा है ते ए थल्यों रौला पांदा आ रहा सी, दिल्लियों आया सी जी, कहिंदा सी आ गुरु गोबिंद सिंह लिया पौड़ी मैं जिउंदे नूं पकड़ के थले लिआउणा। महाराज कहिंदे स्वाद आ गया कोई सूरमा सामने आया, चुदीदम के नार बयामत बजंग, चाशी दे यके तीर मन बेदरंग, कहिंदे पहला तीर मेरे पत्थे दा निकलिया, नार खां ने मेरे तीर दा स्वाद चखिया। ए च गल याद रखियो, अज वजो कुछ हो जाए फिर बंदे केस लड़दियां कहिंदे आ ना जी असी कुछ नहीं सी जी कीता जी अपने आप मर गया। गुरु गोबिंद सिंह बादशाह नूं कह रहे ने
कि नाहर खान ने मेरे तीर का स्वाद चख्या। शब्द वर्द चशी दे उन्हें चख्या मेरे तीर का स्वाद। उस तो बाद महाराज के आ खवासा मरदूद साया है दीवार। मरदूद का अर्थ हुंदा बुझ दिल कमजोर कायर नमर्द। क्या खवासा मरदूद साया है दीवार नयामद बा मैदान बा मरदान ए बार। कहने आया जरूर पर मर्द कोई नहीं निकलिया। तो याद रखियो चमकौर की गढ़ी का कमांडर इन चीफ ख्वाजा महमूद सी। एदी कमांड थले सूबे सरहदी नहीं, एक ख्वाजा जफर बेग चलो मैं शब्द वरते है एदी कमांड सी। गुरु गोबिंद सिंह कहने केड़े बंदे नू तू कमांड दिती एना बुझ दिल। महाराज कहने आया ते सिर लुका के निकल गया। मैनू इको अफसोस रह गया जे तेरा कमांडर इन चीफ दिसदा मैं अपने तीर नाल दी खोपड़ी उड़ा के रख देनी सी। तुसी उस गुरु गोबिंद सिंह दे पुत्तर हो चेते रखियो जिहड़ा बादशाह नू चिट्ठी लिखदा उहदे लफ्ज़ां विच्चों वी तीर पै निकलदे। क्या ख्वाजा मरदूद साया है दीवार नयामत बा मदा बा मरदान ए वार। डरेगा अगर रुवे आदीद मंग बा यक तीर लाचार बख्शीद मंग। दुख अफसोस मैनू दिसिया नहीं एक तीर मैं ओनू ही बख्श देना सी। सिखो गुरु गोबिंद सिंह ने फिर पांच पांच दे जथे बना के तोरे। एक मैं आपनू होर बेनती कर रहा मैदान विच संघर्ष विच इकली बॉडी नहीं लड़ती शरीर नहीं इकले लड़ते अंदर दे इलादले लड़ते आ। जे इरादा मजबूत होवे ते 40 भी जित जांदे आ। जे इरादा कमजोर होवे 10 लाख का भी नामो निशान मिट जाता। महाराज ने एक शब्द वरते आदेश शिवा बरमोह ए है शुभ करनन ते कब हूं ना डरू कब हूं ना टरू ना डरू अरसों जब जाए लरू। अद्धी तोक अगली पल्ले घुट के बन लो निश्चय कर अपनी जीत करूं। मैं फिजिकल तौर ते नचदे सन असी गुरु गोबिंद सिंह दे पुत मार दिते। गुरु गोबिंद सिंह कहिंदा सुरत करके मैं जितया निश्चय करके जिते हुए दे निशान झोलदे पया। फिजिकल तौर ते जितया होया दा नामो निशान भी खत्म हो गया। निश्चय कर महाराज दे 17 सिंह शहीद हो गए जी। दोपहर तक 8 पो सतगुरां दे वड्डे साहिबजादे बाबा अजीत सिंह उन्होंने फिर इजाजत मंगी पिता जी रण मैदान विच रण तत्ते विच मैदानी जंग विच मैनू जूझन की इजाजत दिती जाए। गुरमुखो मैं टाइम दे लिहाज न रहना सच ए वे वड्डे वड्डे पैगंबर भी पुत्तां दे नां उत्ते कुरला उठे सन। वड्डे वड्डे अवतारी पुरश किहो जिहा सीना है गुरु गोबिंद सिंह जी का। जवान पुत्र जो सामने आंदा घुट के सीने नाल ला के बेटा आ शस्त्र पकड़ ते घोड़े की लगाम आप पकड़ा के दरवाजा खोले उन्हें आवाज देख के क्या पुत्र तेरा नाम अजीत सिंह है। जी पिता जी मैं समझ गया। कहन लगे कमजोरी नहीं दिखानी इत मिर्जा मुहम्मद गनी ओदी वक्री अल्लाह यारखां जोगी दी 17 नहीं एक होर इस उर्दू च नजम वह कहिंदा है साहिबजादे ने क्या नाम का अजीत हूं जीता ना जाऊंगा जीता तो खैर हार के जीता ना आऊंगा। बाबा अजीत सिंह जी निकले जी कलगी झुलदी पई सी गुरु दे लाल दी। चार चवेरे मुल्क ही मुल्क सी जी। बस इं समझो ओदी तलवार की सी बिजली दी तार सी। जफरनामे च कुमारे ने कह कहिंदे ने औरंगजेब जदो शाम नू जंग समाप्त होया मैं उत्तो झाती मारी सूरज छिप रहा सी तेरे बंदियां दे सिर लत्तां बाहां पिन्नियां पैर। इस तरह मैदान विच सिखां ने ढेर ला दिते जिवें खिद्दू खूंडियां दा ढेर लगा होवे। इह जफरनामे च महाराज ने कहा खिद्दुआं दी तरह सिरां दा ढेर ला दिता खालसा जी। बाबा अजीत सिंह अगे वधदे पए आ गुरु गोबिंद सिंह तीर दे थले लिजांदे पए आ। सच इह वे फिर भी आखिर तीर चल गए शस्त्र जोसन बाबा जी ने चलाए। सच्ची मुची जिवें सूल वे सूल किते गुलाब दे कोमल फुल नू चीर जाए गुरु गोबिंद सिंह दे लख दे जिगर वड्डे साहिबदादे बाबा अजीत सिंह दी छाती विच छूक दे हुए शीर तीर वजे। प्यारे महाराज तो देख रहे हां कलगी पहला झुल रही सी दिस रही सी भीड़ विच जदों तीर वजे आ। मैं कई बार कहना हूं ना कल्ले तीर मार के उन्हें बस थोड़ा कीती होगी जिदे हाथ ते जो आया उन्हें सब कुछ शस्त्र मारिया। सच एवे पुरजा पुरजा कट मरू
ਜਦੋਂ ਕਲਗੀ ਵਾਲਾ ਸੀਸ ਥੱਲੇ ਗਿਆ, ਸ਼ਹਾਦਤ ਦਾ ਜਾਮ ਪੀਤਾ, ਗੁਰੂ ਗੋਬਿੰਦ ਸਿੰਘ ਗੜੀ ਚੋਂ ਉੱਚੀ ਸਰੀ ਜੈਕਾਰਾ ਬੁਲਾਇਆ ਤੇ ਆਵਾਜ਼ ਦੇ ਕੇ ਕਹਿੰਦੇ, ਸ਼ਾਬਾਸ਼ ਪਿਸਰ, ਖੂਬ ਦਲੇਰੀ ਸੇ ਲੜੇ ਹੋ, ਹਾਂ ਕਿਉਂ ਨਾ ਹੋ ਗੋਬਿੰਦ ਕੇ ਫਰਜ਼ੰਦ ਬੜੇ ਹੋ, ਮੇਰੇ ਵੱਡਾ ਪੁੱਤਰ ਸ਼ਾਬਾਸ਼ ਤੇਰੇ। ਮਹਾਰਾਜ ਥੱਲੇ ਮਮਟੀ ਦੇ ਆ ਗਏ, ਮਮਟੀ ਸਮਝਦੇ ਆ ਉੱਚੀ ਥਾਂ ਜਿਹੜੀ ਸੀ। ਇੰਨੀ ਦੇਰ ਨੂੰ ਬਾਬਾ ਜੁਝਾਰ ਸਿੰਘ ਆਏ, ਪਿਆਰਿਓ ਮੁੱਖ ਤੇ ਦਾੜਾ ਨਹੀਂ ਸੀ ਹਜੇ, ਸ਼ਬਦ ਵਰਤੇ, ਪਿਤਾ ਜੀ ਭਾਈ ਸੇ ਵਿਛੜ ਕਰ ਹਮੇ ਜੀਣਾ ਨਹੀਂ ਆਤਾ, ਖਾਣਾ ਨਹੀਂ ਸੋਨਾ ਨਹੀਂ ਪੀਣਾ ਨਹੀਂ ਭਾਤਾ। ਮਹਾਰਾਜ ਨੇ ਪੁੱਛਿਆ, ਕਹਿਣ ਲੱਗੇ ਬੇਟਾ ਕਾਸ ਲਈ? ਕਹਿਣ ਲੱਗੇ ਮੈਂ ਵੀਰ ਦੀ ਤਰ੍ਹਾਂ ਸ਼ਹਾਦਤ ਪਾਣੀ ਹੈ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਹਮ ਨਹੀਂ ਕਹਾ ਥਾ ਬਾਪ ਕੋ ਬੇਟਾ, ਅਸੀਂ ਪਿਤਾ ਨੂੰ ਇਹ ਸ਼ਬਦ ਵਰਤੇ ਸਨ, ਹਮ ਨਹੀਂ ਕਹਾ ਥਾ ਬਾਪ ਕੋ ਜਾਂ ਦੀਜੈ ਧਰਮ ਪਰ, ਲੋਕ ਕਹਿਤੇ ਹੈ ਅਬ ਆਪ ਕੋ ਜਾਂ ਦੀਜੈ ਧਰਮ ਪਰ। ਗੁਰਮੁਖੋ ਭਾਈ ਦਇਆ ਸਿੰਘ ਜੀ ਕੋਲ ਨੇ, ਪਿਆਰੇ ਭਾਈ ਧਰਮ ਸਿੰਘ ਜੀ ਕੋਲ ਨੇ, ਕਦੀ ਮਹਿਸੂਸ ਕਰੋ ਇਹੋ ਜਿਹਾ ਆਗੂ, ਰੂਹਾਨੀ ਆਗੂ ਜਿਹੜਾ ਪੁੱਤ ਬਚਾਉਂਦਾ ਨਹੀਂ ਪਿਆ, ਪੁੱਤ ਤੋਰਦਾ, ਖਾਲਸਾ ਜੀ ਕਿਉਂ ਨਹੀਂ ਉਹਦੇ ਚਰਨਾਂ ਪਿੱਛੇ ਕੱਟ ਕੱਟ ਕੇ ਮਰ ਜਾਏਗਾ। ਮਹਾਰਾਜ ਨੇ ਜਦੋਂ ਲਾਲ ਨੂੰ ਤੋਰਿਆ, ਉਸ ਵਕਤ ਮੁਸਕਰਾ ਪਿਆ, ਕਹਿਣ ਲੱਗੇ ਪੁੱਤ ਅੱਜ ਤੁਸੀਂ ਸਾਡੇ ਕਵੀਆਂ ਦੇ ਖਿਆਲ ਨੇ ਮੇਰਾ ਰੁਤਬਾ ਹੋਰ ਉੱਚਾ ਕਰ ਦਿੱਤਾ। ਪਿਤਾ ਜੀ ਕੀ? ਕਹਿੰਦੇ ਅੱਗੇ ਲੰਘਦਾ ਸਾਂ ਤੇ ਕਿਹਾ ਜਾਂਦਾ ਸੀ ਇਹ ਸ਼ਹੀਦ ਪਿਤਾ ਦਾ ਪੁੱਤਰ ਜਾ ਰਿਹਾ, ਗੁਰੂ ਤੇਗ ਬਹਾਦਰ ਇਹ ਸ਼ਹੀਦ ਪਿਤਾ ਦਾ ਪੁੱਤਰ ਜਾ ਰਿਹਾ, ਅੱਜ ਸ਼ਾਮ ਨੂੰ ਇਹ ਨਾਂ ਜੁੜ ਜਾਏਗਾ, ਇਹ ਸ਼ਹੀਦ ਪਿਤਾ ਦਾ ਪੁੱਤਰ ਵੀ ਹੈ ਤੇ ਸ਼ਹੀਦ ਪੁੱਤਰਾਂ ਦਾ ਪਿਤਾ ਵੀ ਹੈ, ਇਹਦਾ ਬਾਪੂ ਵੀ ਸ਼ਹੀਦ ਹੈ, ਇਹਦੇ ਪੁੱਤਰ ਵੀ ਸ਼ਹੀਦ ਨੇ। ਬਾਬਾ ਜੁਝਾਰ ਸਿੰਘ ਉਤਰਦੇ ਆ, ਮੈਂ ਅਖੀਰ ਤੇ ਇੱਕ ਝਲਕੀ ਹੈ ਉਹਨਾਂ ਦੇ ਸ਼ਸਤਰ ਸਜਾਉਂਦੀ ਜੀ। ਮਹਾਰਾਜ ਕਹਿੰਦੇ ਆ ਆਪ ਸਜਾਉਂਦੇ ਆ, ਕਮਰ ਕਸਾ ਬੰਨਿਆ, ਹਮ ਦੇਤੇ ਹੈ ਖੰਦਰ ਇਸੇ ਸ਼ਮਸ਼ੀਰ ਸਮਝਣਾ, ਨੇਜ਼ੋਂ ਕੀ ਜਗ੍ਹਾ ਦਾਦਾ ਕਾ ਤੁਮ ਤੀਰ ਸਮਝਣਾ, ਜਿਤਨੇ ਮਰੇ ਇਸੇ ਉਹਨੇ ਬੇਪੀਰ ਸਮਝਣਾ, ਜ਼ਖਮ ਆਏ ਤੋ ਰੋਨਾ ਨਹੀਂ ਦਲਗੀਰ ਸਮਝਣਾ, ਜਬ ਤੀਰ ਕਲੇਜੇ ਮੇ ਲਗੇ ਸੀ ਨਹੀਂ ਕਰਨਾ, ਉਫ ਮੂੰਹ ਸੇ ਮੇਰੀ ਜਾਂ ਕਭੀ ਨਹੀਂ ਉਚਰਨਾ, ਬੇਟਾ ਇੱਕ ਇੱਛਾ ਪੂਰੀ ਕਰੀ ਪਿਤਾ ਜੀ ਹੁਕਮ, ਕਹਿਣ ਲੱਗੇ ਜਦੋਂ ਤੇਰੇ ਸੀਨੇ ਵਿੱਚ ਬਰਸੀ ਵੱਜੇ ਮੇਰੇ ਵੱਲ ਮੁੱਖ ਕਰੀ, ਮੈਂ ਅੱਖਾਂ ਨਾਲ ਤੈਨੂੰ ਸ਼ਹੀਦ ਹੁੰਦਾ ਦੇਖਣਾ ਚਾਹੁੰਦਾ, ਖਾਹਿਸ਼ ਹੈ ਕਿ ਤੁਮੇ ਤੇਗ ਚਲਾਤੇ ਹੋਵੇ ਦੇਖੇ, ਹਮ ਆਂਖ ਸੇ ਤੁਮੇ ਬਰਸੀ ਖਾਤੇ ਹੋਵੇ ਦੇਖੇ। ਗੁਰਮੁਖੋ ਗੁਰੂ ਗੋਬਿੰਦ ਸਿੰਘ ਜੀ ਦਾ ਛੋਟਾ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਮੈਦਾਨੇ ਜੰਗ ਚ ਉਤਰਿਆ, ਸੱਚਮੁੱਚ ਉਹਨੇ ਮੁਕਾਬਲਾ ਕੀਤਾ ਡਟ ਕੇ, ਅਖੀਰ ਤੇ ਉਹਦੇ ਸੀਨੇ ਵਿੱਚ ਵੀ ਬਰਸੀ ਵੱਜੀ, ਜਦੋਂ ਖਿੱਚਿਆ ਤੇ ਆਂਦਰਾਂ ਬਾਹਰ ਆ ਗਈਆਂ, ਸਾਹਿਬਜ਼ਾਦਾ ਜੀ ਜ਼ਮੀਨ ਤੇ ਡਿੱਗੇ, ਸ਼ਹਾਦਤ ਦਾ ਜਾਮ ਪੀਤਾ। ਗੁਰੂ ਗੋਬਿੰਦ ਸਿੰਘ ਸਤਿਗੁਰੂ ਉਧਰ ਸੂਰਜ ਦੀ ਲਾਲੀ ਸੀ, ਇਧਰ ਅਕਾਲ ਦੇ ਸੁੱਤ ਤੇ ਰੂਹਾਨੀਅਤ ਦੀ ਲਾਲੀ ਸੀ, ਇੱਥੇ ਸਮਾਧੀ ਸਥਿਤ ਗੁਰੂ ਗੋਬਿੰਦ ਸਿੰਘ ਦੇ ਨੇਤਰ ਸਨ। ਪੁੱਤਰ ਨੂੰ ਡਿੱਗਦਿਆਂ ਸਰ ਕਹਿੰਦੇ ਆ, ਪਰਾਈ ਅਮਾਨ ਕਿਉਂ ਰੱਖੀ ਹੈ ਦਿੱਤੀ ਹੂੰ ਸੁਖ ਹੋਏ। ਸਾਹਿਬਜ਼ਾਦਾ ਜੀ ਸ਼ਹੀਦ ਹੋ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਕਮਾਲ ਦੀ ਗੱਲ, ਇਤਿਹਾਸ ਨੂੰ ਪੜ੍ਹੋ, ਕਹਿੰਦੇ ਰਹਿ ਰਾਸ ਦਾ ਪਾਠ ਮਹਾਰਾਜ ਨੇ ਆਪ ਬੋਲ ਕੇ ਕੀਤਾ, ਬਿਲਕੁਲ ਕੋਈ ਕਮਜ਼ੋਰੀ ਨਹੀਂ, ਆਪ ਕੀਤਾ। ਗੁਰੂ ਗੋਬਿੰਦ ਸਿੰਘ ਜੀ ਨੇ ਆਪ ਸੰਧਿਆ ਦੀ ਅਰਦਾਸ ਕੀਤੀ, ਅਰਦਾਸ ਤੋਂ ਬਾਅਦ ਖਾਲਸਾ ਜੀ ਕੋਲ ਬੈਠੇ ਨੇ, ਕਹਿਣ ਲੱਗੇ ਖਾਲਸਾ ਜੀ ਸਵੇਰੇ ਜੰਗ ਵਿੱਚ ਅਸੀਂ ਖੁਦ ਉਤਰਾਂਗੇ, ਅਸੀਂ ਸ਼ਹੀਦ ਹੋਵਾਂਗੇ। ਪਿਆਰਿਓ ਖਾਲਸਾ ਜੀ ਨੇ ਬੇਨਤੀ ਕੀਤੀ, ਸਾਡੇ ਇਤਿਹਾਸਾਂ ਨੇ ਭਾਵੇਂ ਕਿਹਾ, ਗੁਰਗੱਦੀ ਦਾ ਜ਼ਿਕਰ ਕੀਤਾ ਉੱਥੇ ਪੰਜਾਂ ਤੋਂ, ਉਹਨਾਂ ਕਿਹਾ ਮਹਾਰਾਜ ਤੁਸੀਂ ਨਿਕਲ ਜਾਓ ਗੜੀ ਚੋਂ। ਤੇ ਮੈਂ ਉਸ ਦਿਨ ਚਮਕੌਰ ਸਾਹਿਬ ਕਥਾ ਕਰਦਿਆਂ ਕਿਹਾ ਸੀ, ਅਸੀਂ ਕਹਿੰਦੇ ਹਾਂ ਭਾਈ ਸੰਗਤ ਸਿੰਘ ਜੀ ਦਾ ਫੇਸ ਗੁਰੂ ਗੋਬਿੰਦ ਸਿੰਘ ਨਾਲ ਮਿਲਦਾ ਸੀ, ਇਹ ਨਾ ਵਿਆਖਿਆ ਕੱਲੀ ਕਰੋ ਕਿ ਫੇਸ ਮਿਲਦਾ ਸੀ, ਇੱਥੇ ਸੱਕੇ ਭਰਾਵਾਂ ਦੇ ਫੇਸ ਮਿਲਦੇ ਹੋਣ, ਚਾਚੇ ਭਤੀਜੇ ਦਾ ਫੇਸ ਮਿਲਦਾ ਹੋਵੇ, ਪਿਓ ਪੁੱਤ ਦਾ ਫੇਸ ਮਿਲਦਾ ਹੋਵੇ, ਲੋਕੀ ਦਗਾ ਦੇ ਜਾਂਦੇ ਆ, ਇਕੱਲੇ ਫੇਸ ਨਹੀਂ ਸਨ ਮਿਲਦੇ, ਉਹ ਗੁਰੂ ਗੋਬਿੰਦ ਸਿੰਘ ਅੰਦਰੋਂ ਵੀ ਮਿਲੇ ਹੋਏ ਸਨ, ਅੰਦਰੋਂ ਭੇਦ ਹੀ ਕਹਿੰਦਾ ਤੂੰ ਚਲਾ ਜਾ ਮੈਂ ਮਰ ਜਾ। ਮਹਾਰਾਜ ਗੜੀ ਚੋਂ ਨਿਕਲਦੇ ਆ, ਪੰਜਾਬੀ ਚ ਅਸੀਂ ਕਹਿੰਦੇ ਹਾਂ ਖਿੰਦ ਦਾ ਪੀਰ ਜਾ ਰਿਹਾ, ਗੁਰੂ ਸਾਹਿਬ ਨੇ ਫਾਰਸੀ ਸ਼ਬਦ ਵਰਤਿਆ ਤਾੜੀ ਮਾਰ ਕੇ, ਬਾਬਾ ਜੀ ਸਥਾਨ ਦੀ ਸੇਵਾ ਤੁਹਾਡੇ ਕੋਲ, ਪੀਰੇ ਖਿੰਦ ਮੇਰ ਵੱਧ, ਉਸ ਸਥਾਨ ਦੀ ਸੇਵਾ ਵੀ ਇਹਨਾਂ ਕੋਲ, ਪੀਰੇ ਖਿੰਦ ਮੇਰ ਵੱਧ, ਖਿੰਦ ਦਾ ਪੀਰ ਜਾ ਰਿਹਾ ਹੈ।
सारी रात आप च कटते वढ़ते रहे। महाराज इथों निकलते माछीवाड़े पहुंच गए। आओ थोड़ा जा, अठ पो शहादत हुई, थोड़ा जा मैं मिनट दो तीन सिर्फ लवांगा प्रबंधकां दे। गुरु साहब जी सत पो दी रात सोटे साहबजादे ते माता जी कुम्मे माशकी दी घर रहे हैं। लक्ष्मी ब्राह्मणी ने आप प्रशादा पानी छकाया, माता जी ने पांच सोने दियां चूड़ियां कुछ पैसे दिते है। अठ पो नूं जिस वक्त साहबजादे शहीद हो रहे ने जी, उस वक्त गंगू अपने घर लै आया। अठ पो दी रात माता जी गंगू दे घर रहे। नौ पो नूं उस बेईमान बंदे ने सच्ची मुची मैं उस दिन कहा सी कि साढ़े एक विद्वान कोई ने हरिंदर सिंह महबूब सहजे रचे खालसा उन्हां दी किताब है, उहदे चो कहिंदे ने इहदे पाप करन दे तीन कारण सन। पहला कारण यह सी कि इस बंदे दे अंदर डर सी, इस बंदे दे अंदर भय सी। दूजा यह जागीर लैना चाहता सी। तीसरा इहदे दिल विच कमीनगी लुकी सी जिहड़ी जाति ईरखा रखदी सी गुरु गोबिंद सिंह दे परिवार दे नाल। प्यारिओ नौ पो दी रात साहिबजादे मुरिंडे कोतवाली विच रहे आ, खेड़ी तो पकड़े गए। दस पो नूं फिर सुनियो, अठ पो नूं चमकौर दा जंग होया, नौ पो नूं बाबा संगत सिंह शहीद होए। मैं मिलाना चाहना, नौ पो नूं वजीर खां अजे चमकौर च, क्योंकि सिर दिखाया गया भाई संगत सिंह जी का। उन्हें वेख के कहा नहीं, यह गुरु गोबिंद सिंह नहीं, सड़ उठिया। अठ महीने बंदे मरवाए, ये फिर सड़िया तपिया। यह दस नूं पहुंचदा है सरहंद नूं, इधरों दस नूं गुरु गोबिंद सिंह जी दे माता जी ते छोटे साहबजादे पहुंच जांदे आ सरहंद। दस पो दी रात, ग्यारह पो दी कचहरी, ग्यारह पो दी रात, बारह पो दी कचहरी, बारह पो दी फिर रात, तेरह पो दी कचहरी लगती है, पर तेरह पो बारह बजे तो पहला गुरु गोबिंद सिंह दे पुत शहीद किए जाते हैं। ये तीन दिन कदी भुल्यो ना। मैं फिर बेनती करांगा, दस पो नूं महाराज जी दे माता जी साढ़े सन्मान योग माता जी सिख जगत की पहली शहीद माता। मैं कई बार सोचना मां जिवें असीं कहने बीबी भानी ये गुरु की पुत्री, ये असीं कहने गुरु अमरदास की बेटी, गुरु रामदास महाराज उन्हां दी पत्नी, गुरु अर्जुन देव महाराज जी दे जदों असीं पढ़ने दादी इस्तरी जी, गुरु हरगोबिंद साहिब महाराज की परदादी। गुरमुखो मात गुजरी शहीद पति दी पत्नी, मात गुजरी शहीद पोतियां दी दादी, मात गुजरी शहीद भरा मामा कृपाल चंद बाद भी शहीद हुंदे आ, उहनां दी भैण सन्मान योग बीबी वीरो दे पंज पुत्र शहीद होए। इउं कहां कि उहनां पंज भरावां दी मामी, ये शब्द वरतीए सी। प्यारिओ जिहदा पति शहीद, जिहदे पोते शहीद, जिहदा भरा शहीद, जिहदे ननोत्रे शहीद, सच ए वी जे गुरु गोबिंद सिंह दा जिक्र करो ते खंजर वज्जिया, कारण तां उही बनिया शहादत दा। पहली सिख मां है जिन्हें शहादत दा जाम पीता। तेरह पो दस पो नूं आए ने, कोई किसी ने प्रशादा पानी दिता। भाई मोती राम मेहरा ये असल च मुलाजम सी जी उथे, जेड़ी जेल सी जेल विच रोटी पकान दा काम करदा सी भाई मोती राम, क्योंकि इहदी उथे जानकारी सी, इहदे च भावना सी। इहने ठंडे बुरे चढ़दे देखे उदों नहीं मिलिया, किसे नूं शक ना हो जाए। फिर रात नूं इह दुध लैके आया सी, जदों माता जी ने देखिया पुछदे ने कौन, उहने विराग चाह के कहा सी मां मैं बदकिस्मत हाँ जिहड़ा इत्थे वेखण वास्ते बैठा हां कि तुहानू शहीद किवें कीता जाणा है, मैं दुध लैके आया। आप नूं पता होवे जदों साहिबजादियां दा संस्कार कीता ना जी, टोडरमल जी रामा तलोका पटियाले वालियां दे वड्डे इह आए होए सन इत्थे, उस दे नाल जिन्ना चिखां दीआं लकड़ां सन इह सारा बालण भाई मोती राम इकट्ठा करके लाया सी, चिखां दा बालण वी उह लैके आए सन। मैं बेनती करां दस पो दी रात, ग्यारह पो दा दिन, ते जिहड़ी इक पुरानी किताब है कथा गुरसुतन की, मैं क्या इह कल्ला नीयां च नहीं खड़ा कीता जी। प्यारिओ साहिबजादियां दीआं उंगलियां च पलीते रखे सन छोटे,
क्योंकि अत कर दिती ना उन्हें, वह इस करके से डर जाएंगे। उंगलियां च पलीते बन के अग लाई, चमड़ी सड़ी पर डोले नहीं, गलेले मारे गए। सियाल दे एक साढ़े पंजाब शबरद ने खमची तूत की सोटी, साहबजाद तूत दियां सोटियां भी मारियां गई। सब कुछ सह के जदों माता कोल आउंदे सन, प्यारिओ पहला समा सी जमीन ते बैठन दा, भाई चौपा सिंह वर्गा घोड़ा बनदा सी ते बाबा फतेह सिंह उहदी पिठ दे उत्ते बैठदे हुंदे सन। शरीरां ते लील पए सन, निशान सन, मन्ने नहीं। सूबे की कचहरी शेर मुहम्मद खान ने कहा कि शीर खोर ने ना मार, इन्हां नूं इह करबला बन जाएगा। पर तेरह पोह नूं साहिबजादियां नूं नीयां च खड़िया कीता गया। पर मैं सिर्फ एक दृश्य, जदों साहिबजादे तुरन लगे आ, ठीक है भावना वाले सिख कविता लिखते ने, मेरी एक बेनती जे, कविता गुरु दे जस विच उहनूं कच्ची बाणी कह के निंदो मत। मैनूं पता मेरे नाल बहुत सारिया सहमत नहीं होना, ते कई बार वह विरोध करदे जिन्हां जपजी साहिब का पाठ भी नहीं किया हुंदा। गुरु की जिस गल विच सिवत होवे उहनूं स्वीकार करो, जिस गल विच गुरु की नरादरी होवे ते शरीका होवे उह कच्चापण हुंदा है। विद्वानां ने लिखिया, मैं ते कहांगा ढाडी भी चाहीदे ने सुनाने, कवि भी सुनाने चाहिए, क्योंकि अब जरा कीर्तन सुनता कथा सुन के राजी नहीं, कथा वाला ढाडी सुन के राजी नहीं। गुरु घर पाठ कह, कीर्तन कह, कथा कह, लैक्चर कह, ढाडी ने ते कवि ने ता गुरमत समागम पूरे होंगे। पर मैं पता लोग सुन के राजी कोई ढाडी लग गए हो, यही कहते शहर तकरीबन। मैं बेनती करांगा साहबजादे तेरह पोह नूं चलन लगे आ, मात गुजरी जी ने तैयार किया। इतिहास कहिंदा बाबा जी उस दिन नीले चोले पाए सन, नीलियां झग्गियां जिक्र करता है, नीले चोले पाए। सन्मानयोग माता जी तोरन लगे आ, ते कहिंदे लाल दोनों साहबजादे कहिंदे ने माता अज असीं वापस नहीं आउणा, फतवा लग चुका है मौत दा। ते मैं उस दिन कहा सी ज्योति स्वरूप कथा करके बाहर निकले, एक आई जी ने पंजाब पुलिस बहुत भावना वाले, मैनूं कहिंदे ने ज्ञानी जी जिथे कहिंदे हो कि दुनिया की सब तो महंगी थां ज्योति स्वरूप है, उथे क्या करो कि दुनिया का सब तो झूठा बंदा भी सरहंद च रहिंदा सी, उह काजी जिन्हें साहबजादियां नूं मौत दा फतवा लाया। दीन भी सब तो झूठा बंदा भी इत्थे सी। साहबजादे तैयार होए, माता जी ने दस्तारां सजाईयां, कलगियां लाईयां, खंडे सजाए, वारी वारी दोनां दे मत्थे चूमे। अल्लाह यार खां जोगी लिखे ने चार सत्रां ने, मां जी तुरदियां कहिंदे ने जाने से पहले आओ गले से लगा तो लूं, केशों को कंगी करूं जरा मुंह दुल्हा तो लूं, प्यारे से सरों पे नन्ही सी कलगी सजा तो लूं, बेटा मरने से पहले तुमको दुल्हा बना तो लूं। साहबजादियां नूं माता जी ने सीने न लाया, मत्थे टेक के उतरे। जदों थले उतरे पौड़ियां तो ठंडे बुरज तो, साडे बहुत बजुर्ग ढाडी साहब सोहन सिंह जी सीतन, अज मेहनत ना दी कोई चीज नहीं। बाबा जी बैठे सी गल कर रहे सां, मैं खोमे च नहीं कहिंदा, हर बंदा मेहनत नहीं करना चाहता हीरो बनना चाहता है, असलियत है। जे मेहनत करांगे, सीतल साहब कहिंदे आ मैं समाप्ति कर लगा, जदों तुर लगे बाबा फतेह सिंह, बाबा जोरावर सिंह, ते एक वारी बजुर्ग माता ने देखिया, ते साचे वे माता जीतो जी दे चलाने तो बाद चिखा तक माता गुजरी ने लाला नूं कदी किसे दूजे नाल सौण नहीं दिता। दोनों लाल खब्बे सज्जे सौंदे सन, दादी विचकार सत्कार भी इस तरह होया, एक पासे बाबा जोरावर सिंह, पासे बाबा फतेह सिंह। सीतल साहब कहिंदे आ तुरन लगे, बाबा फतेह सिंह देखदे आवाज दिंदे आ, मां तुसी बहुत प्यार किया, हुण असीं चले आ सचखंड, तुसी देरी ना करियो, नाल आयो। मां जी खस के कहिंदे ने मेरे बच्चियो तुहाडा दादा तुहाडी इंतजार कर रहा है। है तो उहनां दा बलबला शब्द वरदे ने, तुर पै जोवें लाडले जद फतेह बुला के, वार अखीरी मां दे चरनी हथ ला के, बूहे विचों परत के बोले मुस्कुरा के, मां
ਉਡੀਕਾਂਗੇ ਅਸੀਂ ਸੱਚਖੰਡ ਵਿੱਚ ਜਾ ਕੇ, ਪਰ ਨਾ ਆਉਣਾ ਤੁਸਾਂ ਨੇ ਬਹੁਤਾ ਚਿਰ ਲਾ ਕੇ, ਥੱਕ ਨਾ ਜਾਈਏ ਅੰਮੀਏ ਅਸੀਂ ਔਂਸੀਆਂ ਪਾ ਕੇ ਔਂਸੀਆਂ, ਇਹ ਪੁਰਾਣੇ ਪੰਜਾਬੀਆਂ ਨੂੰ ਪਤਾ ਲਕੀਰਾਂ ਖਿੱਚਦੇ ਹੁੰਦੇ ਸਨ, ਥੱਕ ਨਾ ਜਾਈਏ ਅੰਮੀਏ ਅਸੀਂ ਔਂਸੀਆਂ ਪਾ ਕੇ, ਸਾਡਾ ਜੀ ਨਹੀਂ ਲੱਗਣਾ ਤੁਸੀਂ ਛੇਤੀ ਆਉਣਾ, ਨਹੀਂ ਤਾਂ ਰੁਸਬੂ ਫਤਿਹ ਸਿੰਘ ਤੇਰਾ ਜੀ ਪਰਚਾਉਣਾ, ਤੇਰੇ ਬਾਅਦ ਉਹ ਲੋਰੀਆਂ ਦੇ ਕਿੰਨੇ ਸਮਾਉਣਾ। ਮਾਂ ਜੀ ਕਹਿੰਦੇ ਆ ਚੱਲੋ ਮੇਰੇ ਹੀਰਿਓ ਮੈਂ ਮਗਰੇ ਆਵਾਂ, ਪੁੱਤਾਂ ਬਾਜੋ ਜਿਉਂਦੀਆਂ ਕਦ ਸੁਣੀਆਂ ਮਾਵਾਂ, ਪੁੱਤਰਾਂ ਦੁਆਲੇ ਰਾਮਕਾਰ ਮਾਵਾਂ ਦੀਆਂ ਬਾਹਾਂ, ਜਿੱਧਰ ਉੱਡਦੇ ਹੰਸ ਉਧਰ ਜਾਂਦੀਆਂ ਛਾਵਾਂ, ਤੋਰ ਘਰ ਦੀਆਂ ਰੌਣਕਾਂ ਮੈਂ ਸੱਚ ਖੰਡ ਵਸਾਵਾਂ। ਸਾਹਿਬਜ਼ਾਦਿਆਂ ਦੀਆਂ ਪਿੱਠਾਂ ਹੋ ਗਈਆਂ, ਮਾਤਾ ਜੀ ਬੁਰਜ ਤੋਂ ਦੇਖ ਰਹੇ ਆ, ਨਿੱਕੇ ਨਿੱਕੇ ਸਟੈਪ ਤੁਰਦੇ ਪਏ ਆ। ਉਸ ਵਕਤ ਨੂੰ ਚੇਤੇ ਆ ਗਈ ਮਾਤ ਜੀ ਤੋਂ, ਜਿਹਨੇ ਚਲਾਣੇ ਤੋਂ ਪਹਿਲਾਂ ਕਿਹਾ ਸੀ ਮਾਂ ਮੈਂ ਚੱਲੀ ਹਾਂ, ਇਹ ਬੱਚੇ ਹੁਣ ਤੇਰੇ ਹਵਾਲੇ। ਉਸ ਵਕਤ ਸੀਤਲ ਸਾਹਿਬ ਨੇ ਜਿਹੜਾ ਨਕਸ਼ਾ ਬੰਨਿਆ ਉਹ ਕਹਿੰਦੇ ਆ ਆ ਜਾ ਜੀਤੋ ਰਾਲੀਏ ਲੈ ਮਿੰਟ ਉਧਾਰੇ, ਨੀ ਤੱਕ ਲੈ ਮੇਰੀ ਬੱਚੀਏ ਚੰਨ ਚਰ ਦੇਖਾ ਰੇ। ਨੂੰ ਲਈ ਬਲਬਲਾ ਹੈ ਆ ਮੇਰੀ ਇਹ ਧੀਏ ਦੇਖ, ਅੱਜ ਤੇਰੇ ਪੁੱਤ ਕਿੱਡੀ ਉੱਚੀ ਕੁਰਬਾਨੀ ਕਰਨ ਚੱਲੇ ਆ, ਆ ਜਾ ਜੀਤੋ ਰਾਣੀਏ ਲੈ ਮਿੰਟ ਉਧਾਰੇ, ਤੱਕ ਲੈ ਮੇਰੀ ਬੱਚੀਏ ਚੰਨ ਚੜ ਦੇਖਾਰੇ, ਸਿਹਰੇ ਕਿੰਨੇ ਲੱਗਦੇ ਅਸ ਉਮਰੇ ਪਿਆਰੇ, ਟੁੱਟਣਗੇ ਅੱਜ ਅੰਬਰੋ ਦੋ ਰੋਸ਼ਨ ਤਾਰੇ, ਤੱਕ ਕੇ ਫਿੱਕੇ ਪੈਣਗੇ ਚੰਦ ਸੂਰਜ ਤਾਰੇ, ਚਾਨਣ ਚਾਨਣ ਹੋਣਗੇ ਬ੍ਰਹਿਮੰਡ ਅੰਧਿਆਰੇ, ਆ ਜਾ ਜੀਤੋ ਰਾਣੀਏ ਲੈ ਮਿੰਟ ਉਧਾਰੇ। ਸਾਹਿਬਜ਼ਾਦੇ ਗਏ ਜੀ, ਨੀਆਂ ਚ ਚਿਣਿਆ ਗਿਆ, ਨੀਆਂ ਡਿੱਗ ਪਈਆਂ। ਮੈਨੂੰ ਯਾਦ ਹੈ ਚਰਨ ਸਿੰਘ ਸਬਰੀ ਦਾ ਇੱਕ ਗੀਤ ਸੀ, ਦੋ ਬੜੀਆਂ ਕੀਮਤੀ ਜਿੰਦਾਂ ਨੀਹਾਂ ਵਿੱਚ ਆਣ ਖਲੋ ਗਈਆਂ, ਇਹ ਤੱਕ ਕੇ ਤਸੀਆਂ ਗਮ ਦਾ, ਤਸੀਆਂ ਦਿੰਦਾ ਤਸ਼ੱਦਦ ਕਰਨਾ, ਗਮ ਦਾ ਅਰਥ ਦੁੱਖ ਦਾ, ਕਹਿੰਦੇ ਸੱਚੀ ਮੁੱਚੀ ਇੱਥੇ ਦੁੱਖ ਵੀ ਪਾਗਲ ਹੋ ਗਿਆ ਸੀ, ਏਡਾ ਪਾਪ। ਦੋ ਬੜੀਆਂ ਕੀਮਤੀ ਜਿੰਦਾਂ ਨੀਹਾਂ ਵਿੱਚ ਆਣ ਖਲੋ ਗਈਆਂ, ਇਹ ਤੱਕ ਕੇ ਤਸੀਹਾ ਗਮ ਦਾ, ਕੰਧਾਂ ਵੀ ਪਾਗਲ ਹੋ ਗਈਆਂ। ਸਾਹਿਬਜ਼ਾਦੇ ਗਏ, ਫਿਰ ਪੌਣੇ ਕੁ 11 ਦਾ ਟਾਈਮ ਹੁੰਦਾ ਜੀ ਇੰਡੀਆ ਦੇ ਟਾਈਮ ਮੁਤਾਬਕ, ਦੋਨਾਂ ਸਾਹਿਬਜ਼ਾਦਿਆਂ ਨੂੰ ਵਾਰੀ ਵਾਰੀ ਗੋਡਿਆਂ ਥੱਲੇ ਰੱਖਿਆ, ਬਾਬਾ ਜ਼ੋਰਾਵਰ ਸਿੰਘ ਜੀ ਦੀ ਗਰਦਨ ਛੇਤੀ ਕੱਟ ਦਿੱਤੀ, ਬਾਬਾ ਫਤਿਹ ਸਿੰਘ ਦੇ ਪੈਰ ਤੇ ਹੱਥ ਪਕੜ ਲਏ, ਦੋਨੋਂ ਉੱਤੇ ਕਰ ਦਿੱਤੇ, ਸ਼ਾਹਰਾ ਕੱਟੀ, ਕੱਟਣ ਤੋਂ ਬਾਅਦ ਜਲਾਦ ਪਰਾਂ ਹੋ ਗਿਆ। 12 ਮਿੰਟ ਬਾਬਾ ਜੀ ਦਾ ਖੂਨ ਸਿਮਦਾ ਰਿਹਾ, 12.5 ਮਿੰਟ ਵਿੱਚ ਬਾਬਾ ਫਤਿਹ ਸਿੰਘ ਸ਼ਹੀਦ ਹੋਏ ਆ। ਉਹਨਾਂ ਮਹਾਨ ਸ਼ਹੀਦਾਂ ਨੂੰ ਅੱਜ ਤੁਸੀਂ ਯਾਦ ਕੀਤਾ ਹੈ, ਤੇ ਮੈਂ ਬੜਾ ਸੰਖੇਪ ਚੱਲਿਆ, ਆਰੰਭ ਵਿੱਚ ਮੈਂ ਬੇਨਤੀ ਕੀਤੀ ਕਿ ਗੁਰੂ ਗੋਬਿੰਦ ਸਿੰਘ ਦੀ ਰੂਹਾਨੀਅਤ ਨੂੰ ਨਮਸਕਾਰ ਹੈ ਆਪ ਸਭ ਦਾ, ਪ੍ਰਬੰਧਕ ਵੀਰਾਂ ਦਾ, ਸਮੁੱਚੀ ਸਿੰਗਾਪੁਰ ਦੀ ਸੰਗਤ ਦਾ, ਮਲੇਸ਼ੀਆ ਜਿੱਥੋਂ ਜਿੱਥੋਂ ਆਪ ਜੀ ਆਇਓ ਬਹੁਤ ਬਹੁਤ ਧੰਨਵਾਦ। 28 ਦਸੰਬਰ ਨੂੰ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਹੈ, ਇੰਡੀਆ ਦੇ ਟਾਈਮ ਆਪ ਹੀ ਹਿਸਾਬ ਕਿਤਾਬ ਲਾ ਲਿਆ ਜੀ, ਤੁਸੀਂ ਗੱਡੀ 'ਚ ਹੋਵੋ, ਤੁਸੀਂ ਦਫ਼ਤਰ 'ਚ ਹੋਵੋ, ਤੁਸੀਂ ਘਰ ਹੋਵੋ, ਯਤਨ ਕਰਿਓ ਕਿ ਘੱਟੋ ਘੱਟ 10 ਕੁ ਮਿੰਟ ਧੰਨ ਗੁਰੂ ਗੋਬਿੰਦ ਸਿੰਘ ਕਹਿ ਕੇ ਗੁਰੂ ਗੁਰੂ ਜ਼ਰੂਰ ਜਪਿਓ, ਕਿ ਗੁਰੂ ਗੋਬਿੰਦ ਸਿੰਘ ਦੇ ਵਾਰਸ ਹੋ ਤੁਸੀਂ, ਉਹਦੇ ਪੁੱਤਰ ਹੋ ਤੁਸੀਂ। ਪਤਾ ਲੱਗੇ ਅੱਜ ਜਿੱਥੇ ਵੀ ਮੇਰਾ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਬੈਠਾ, ਹਰ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਗੁਰੂ ਗੁਰੂ ਜਪ ਰਿਹਾ। ਆਪ ਸਭ ਦਾ ਬਹੁਤ ਬਹੁਤ ਧੰਨਵਾਦ, ਮੈਂ ਪ੍ਰਬੰਧਕਾਂ ਦਾ ਫਿਰ ਧੰਨਵਾਦੀਆਂ। ਤੁਸੀਂ ਬਹੁਤ ਸੋਹਣਾ ਬਣਾਇਆ, ਐਗਜੀਬਿਸ਼ਨ ਲਾਈਆਂ ਨੇ, ਹੁਨਰਵੰਦ ਬੰਦੇ ਤੁਸੀਂ ਬੁਲਾਉਂਦੇ ਹੋ, ਸਤਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ, ਜਿਨ੍ਹਾਂ ਅੰਮ੍ਰਿਤ ਨਹੀਂ ਛਕਿਆ ਅੰਮ੍ਰਿਤਧਾਰੀ ਹੋਵੋ, ਤੇ ਨਿਤ ਨਿਯਮ ਤੇ ਗੱਡ ਕੇ ਪੈਰਾ ਦਿਓ ਦ੍ਰਿੜਤਾ ਨਾਲ। ਸਤਿਗੁਰੂ ਸਭ ਦਾ ਧੰਨਵਾਦ ਜੀ, ਜਿਨ੍ਹਾਂ ਅੱਜ ਅੰਮ੍ਰਿਤ ਛਕਿਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵੇਲੇ ਬੇਨਤੀ ਹੈ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਅਤੇ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ, ਜੋ ਗਿਆਨੀ ਪਿੰਦਰਪਾਲ ਸਿੰਘ ਜੀ ਦੇ ਸਾਥੀ ਹਨ, ਆਪ ਪਲੀਜ਼ ਸਟੇਜ 'ਤੇ ਆ ਕੇ ਗੁਰੂ ਘਰ ਵੱਲੋਂ ਸਿਰੋਪਾ ਸਵੀਕਾਰ ਕਰੋ ਜੀ। ਨਾਲ ਹੀ ਗਿਆਨੀ ਪਿੰਦਰਪਾਲ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਹਰ ਵਾਰੀ ਦੀ ਤਰ੍ਹਾਂ ਇਸ ਵਾਰੀ ਵੀ ਸਾਡੀ ਬੇਨਤੀ ਪ੍ਰਵਾਨ ਕਰਦੇ ਹੋਏ ਨਾਮ ਰਸ 2018 ਵਿੱਚ ਹਾਜ਼ਰੀ ਭਰੀ ਹੈ ਅਤੇ ਸਾਨੂੰ ਗੁਰ ਇਤਿਹਾਸ ਨਾਲ ਜਾਣੂ ਕਰਾਇਆ ਹੈ।
ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ, ਭਾਈ ਸਾਹਿਬ ਭਾਈ ਗਗਨਦੀਪ ਸਿੰਘ ਜੀ ਅਤੇ ਭਾਈ ਸਾਹਿਬ ਭਾਈ ਜਸਪ੍ਰੀਤ ਸਿੰਘ ਜੀ ਰਲ ਮਿਲ ਕੇ ਸਾਨੂੰ 10 ਵਜੇ ਤੱਕ ਆਤਮ ਰਸ ਕੀਰਤਨ ਨਾਲ ਨਿਹਾਲ ਕਰਨਗੇ ਜੀ। ਜਿੰਨੀ ਦੇਰ ਭਾਈ ਸਾਹਿਬ ਜੀ ਸਟੇਜ 'ਤੇ ਆਉਂਦੇ ਹਨ, ਆਪਣੇ ਸਾਧ ਸੈੱਟ ਕਰਦੇ ਹਨ, ਆਪ ਜੀ ਵਾਸਤੇ 1-2 ਅਨਾਊਂਸਮੈਂਟਸ, ਜਿਹੜੀ ਵੀ ਸੰਗਤ ਡਰਾਈਵ ਕਰਕੇ ਆਈ ਹੈ ਆਪ ਜੀ ਲਈ ਬਾਹਰ ਡਿਸਕਾਊਂਟਡ ਕਾਰ ਪਾਰਕਿੰਗ ਕੂਪਨ ਅਵੇਲੇਬਲ ਨੇ। ਆਪ ਨਾਮ ਰਸ ਕੀਰਤਨ ਦਰਬਾਰ ਦੇ ਸਟਾਲ 'ਤੇ ਜਾ ਕੇ ਇਹ ਕੂਪਨਸ ਲੈ ਸਕਦੇ ਹੋ। ਨਾਲ ਹੀ ਬਾਹਰ ਐਗਜੀਬਿਸ਼ਨ ਲੱਗੀ ਹੋਈ ਹੈ, ਹੁਣੇ ਗਿਆਨੀ ਪਿੰਦਰਪਾਲ ਸਿੰਘ ਜੀ ਨੇ ਵੀ ਇਹਦਾ ਜ਼ਿਕਰ ਕੀਤਾ ਹੈ ਕਿ ਬਾਹਰ ਗੁਰੂ ਨਾਨਕ ਦੇਵ ਜੀ ਦੇ ਜਿੱਥੇ ਜਿੱਥੇ ਉਹ ਪਾਕਿਸਤਾਨ ਗਏ ਉਹਦੇ ਉੱਤੇ ਇੱਕ ਫੋਟੋ ਐਗਜੀਬਿਸ਼ਨ ਲੱਗੀ ਹੋਈ ਹੈ, ਆਪ ਉੱਥੇ ਜਾ ਕੇ ਵੀ ਦੇਖ ਸਕਦੇ ਹੋ। ਗੁਰੂ ਹਰਗੋਬਿੰਦ ਸਿੰਘ ਜੀ ਅਤੇ ਬਾਬਾ ਬਿਧੀ ਚੰਦ ਜੀ ਦੇ ਸ਼ਸਤਰ ਵੀ ਬਾਹਰ ਡਿਸਪਲੇ 'ਤੇ ਹਨ, ਆਪ ਪਲੀਜ਼ ਉਹ ਜਾ ਕੇ ਵੀ ਉਹਨਾਂ ਦਾ ਲਾਹਾ ਲੈ ਸਕਦੇ ਹੋ। ਫਾਈਨਲੀ ਦੋ ਆਰਟਿਸਟ, ਬੀਬੀ ਜਸ ਕੌਰ ਅਤੇ ਬੀਬੀ ਗੁਰਮੀਤ ਕੌਰ ਜੀ ਨੇ ਬਹੁਤ ਸੋਹਣੀਆਂ ਪੇਂਟਿੰਗਸ ਬਣਾ ਕੇ ਨਾਮਰਸ ਐਗਜੀਬਿਸ਼ਨ ਵਾਸਤੇ ਬਾਹਰ ਲਗਾਈਆਂ ਹੋਈਆਂ। ਇਹ ਪੇਂਟਿੰਗ ਸੇਲ ਵਾਸਤੇ ਅਵੇਲੇਬਲ ਨੇ, ਆਪ ਪਲੀਜ਼ ਜਾ ਕੇ ਦੇਖੋ। ਜੇ ਕਿਸੇ ਨੇ ਘਰ ਵਾਸਤੇ ਲੈਣੀ ਹੋਏ ਤਾਂ ਆਪ ਬਾਹਰ ਜਾ ਕੇ ਪਤਾ ਕਰ ਸਕਦੇ ਹੋ ਉਹਦੇ ਬਾਰੇ। ਗੁਰੂ ਪਿਆਰੀ ਸਤਸੰਗ ਜੀ, ਨਾਮ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ, ਭਾਈ ਸਾਹਿਬ ਭਾਈ ਗਗਨਦੀਪ ਸਿੰਘ ਜੀ ਐਂਡ ਭਾਈ ਸਾਹਿਬ ਭਾਈ ਜਸਪ੍ਰੀਤ ਸਿੰਘ ਜੀ ਵਿਲ ਡੂ ਕੀਰਤਨ ਟੁਗੈਦਰ, ਆਤਮ ਰਸ ਕੀਰਤਨ ਟਿਲ 10 PM। Till the time Pai Sahib ji sets his Saj, a couple of announcements. For those of you who have driven to Singapore Expo, there are discounted car park coupons available. You can purchase these coupons at the main Namra stall outside. There are also exhibitions on paintings, as well as a photo exhibition detailing the travels of Guru Nanak Dev Ji through Pakistan. Please do enjoy. The paintings by artist Jas Kaur and Gurmeet Kaur are on display outside and are available for sale, so please do approach Sevadars to find out more about this. 20 minutes each for Bhai Sahib ji hun 10 baje tak sanu kirtan nal nihal karange, tino jathe 20 minute each kirtan karange ji. Waheguru ji ka khalsa, Waheguru ji ki fateh. Bhai Sahib ji ke benti, samapti de baad Anand Sahib da paath karna ji. Bhai Sahib ji ni der saaj set kar rahe ne, ek do bentiyan hor aapne parwan kar leniyan ji. ਬਾਹਰ ਲੰਗਰ ਹਾਲ ਦੇ ਸਾਹਮਣੇ ਇੱਕ ਬੱਚਿਆਂ ਦੇ ਖੇਡਣ ਦੀ ਜਗ੍ਹਾ ਬਣਾਈ ਗਈ ਹੈ, ਸਪੈਸ਼ਲ ਪਲੇ ਏਰੀਆ। ਰਸ਼ ਬਹੁਤ ਹੈ, ਜਿਹੜੇ ਵੀ ਸੰਗਤ ਦੇ ਨਾਲ ਛੋਟੇ ਬੱਚੇ ਹੋਣ, ਅਗਰ ਆਪਣੇ ਬੱਚਿਆਂ ਵਾਸਤੇ ਥੋੜ੍ਹੀ ਜ਼ਿਆਦਾ ਜਗ੍ਹਾ ਚਾਹੀਦੀ ਹੋਏ, ਆਪ ਪਲੀਜ਼ ਉਸ ਜਗ੍ਹਾ 'ਤੇ ਜਾ ਕੇ ਆਨੰਦ ਮਾਣ ਸਕਦੇ ਹੋ। ਗੁਰੂ ਪਿਆਰੀ ਸਤਸੰਗ ਜੀ, ਦੇਰ ਇਜ਼ ਅ ਲੋਟ ਆਫ ਰਸ਼ ਐਜ਼ ਯੂ ਕੈਨ ਸੀ। ਸੰਗਤ ਹੈਜ਼ ਕਮ ਇਨ ਗ੍ਰੇਟ ਨੰਬਰਸ ਵਿਚ ਵੀ ਆਰ ਡਿਲਾਈਟਡ ਵਿਦ, ਬਟ ਇਫ ਯੂ ਆਰ ਵਿਦ ਯੰਗ ਕਿਡਸ ਐਂਡ ਯੂ ਨੀਡ ਲਿਟਲ ਬਿਟ ਮੋਰ ਸਪੇਸ, ਦੇਰ ਇਜ਼ ਅ ਸਪੈਸ਼ਲ ਕਿਡਸ ਏਰੀਆ ਨੀਅਰ ਦ ਲੰਗਰ ਹਾਲ, ਪਲੀਜ਼ ਗੋ ਟੇਕ ਐਡਵਾਂਟੇਜ ਆਫ ਦੈਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨ ਕਮਲਾਂ ਵਿੱਚ ਜੁੜ ਬੈਠੇ ਸਤਸੰਗੀ ਜਨੋ, ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਤਮ ਰਸ ਕੀਰਤਨ ਦੀ ਆਰੰਭਤਾ ਕਰੀਏ ਜੀ। ਗੁਰੂ ਪੰਥ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਉਹਨਾਂ ਸਾਹਿਬ ਵਾਲੇ ਜੋ ਕਿ ਆਪ ਜੀ ਨੂੰ ਕੀਰਤਨ ਦੁਆਰਾ, ਸਤਿਗੁਰਾਂ ਦੀ ਬਾਣੀ ਦੁਆਰਾ ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਜੋੜਨ ਦਾ ਉਪਰਾਲਾ ਕਰਨਗੇ ਜੀ। ਥੋੜ੍ਹਾ ਜਿਹਾ ਟਿਕਾ ਆਪਾਂ ਬਣਾ ਕੇ ਰੱਖਣਾ ਹੈ, ਸਿਰਫ ਇੱਕ ਘੰਟਾ ਜਾਂ ਸਵਾ ਘੰਟਾ ਇਹ ਆਤਮ ਰਸ ਚੱਲਣਗੇ ਅਤੇ ਬੜੇ ਹੀ ਪਿਆਰ ਨਾਲ ਜੈਕਾਰਿਆਂ ਦੀ ਗੂੰਜਾਂ ਨਾਲ ਤੁਸੀਂ ਖੁਦ ਕੀਰਤਨੀਏ ਬਣ ਕੇ ਇਸ ਆਤਮ ਰਸ ਕੀਰਤਨ ਦੇ ਵਿੱਚ ਸਾਰਿਆਂ ਨੇ ਯਤਨ ਕਰਨਾ ਹੈ ਕਿ ਆਪਾਂ ਸਾਰੇ ਰਲ ਮਿਲ ਕੇ ਕੀਰਤਨ ਕਰੀਏ ਅਤੇ ਕੋਈ ਰਸਨਾ ਵਾਂਝੀ ਨਾ ਰਹੇ। ਭਾਈ ਸਾਹਿਬ ਜੀ ਦੇ ਕੀਰਤਨ ਦੀ ਆਰੰਭਤਾ ਕਰੀਏ, ਇੱਕ ਜੈਕਾਰੇ ਦੀ ਗੂੰਜ ਨਾਲ ਸਾਰੇ ਆਰੰਭਤਾ ਕਰੀਏ ਜੀ। Thank you.
वाहे गुरु गुरु वाहे वाहे गुरु वाहे गुरु साहेब अब तो मिटया न जाए अब तो मिटया न जाए